ਆ ਦੋਸਤੋ, ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਔਰ ਹਰ ਸਮੇਂ ਦੇ ਉੱਤੇ ਇਸ ਮੰਚ ਤੋਂ ਵੱਖ ਵੱਖ ਵਿਸ਼ਿਆਂ ਦੇ ਨਾਲ ਲਬਰੇਜ਼ ਪ੍ਰੋਗਰਾਮ ਜਿਹੜੇ ਨੇ ਉਹ ਤੁਹਾਡੇ ਰੂਬਰੂ ਕੀਤੇ ਜਾਂਦੇ ਨੇ, ਔਰ ਕਈ ਵਾਰੀ ਇਸ ਤਰ੍ਹਾਂ ਦੇ ਵਿਸ਼ੇ ਆ ਜਾਂਦੇ ਨੇ ਜਿਨ੍ਹਾਂ ਵਿਸ਼ਿਆਂ ਦਾ ਹਿਸਾਬ ਕਿਤਾਬ ਜ਼ਰੂਰ ਕਰਨਾ ਪੈਂਦਾ। ਮੈਂ ਵੈਸੇ ਵਿਸ਼ਿਆਂ ਦੇ ਹਿਸਾਬ ਕਿਤਾਬ ਦੇ ਵਿੱਚ ਨਹੀਂ ਪੈਂਦਾ, ਕਿਉਂਕਿ ਜਦੋਂ ਕੋਈ ਵਿਸ਼ਾ ਜਿਹੜਾ ਹੈ ਉਸ ਦੇ ਉੱਤੇ ਪੂਰੀ ਚਰਚਾ ਹੋਵੇ, ਜ਼ਰਾ ਹੋਵੇ, ਉਹਦਾ ਹਿਸਾਬ ਕਿਤਾਬ ਤਾਂ ਫਿਰ ਹੀ ਹੁੰਦਾ। ਅਤੇ ਉਸ ਹਿਸਾਬ ਕਿਤਾਬ ਦੇ ਵਿੱਚ ਇਸ ਮੰਚ ਦੇ ਉੱਤੇ ਬੈਠ ਕੇ ਕੋਈ ਪਾਸਕੂ ਪਾ ਕੇ ਤੋਲਣਾ ਜਿਹੜਾ ਉਹ ਖਾਲਾ ਜੀ ਦਾ ਵਾੜਾ ਨਹੀਂ, ਕਿਉਂਕਿ ਇੱਥੇ ਸਾਰਾ ਕੁਝ ਸਾਵਾਂ 'ਤੇ ਬਰੋਬਰ ਬਰੋਬਰ ਤੋਲਣਾ ਪੈਂਦਾ। ਮਸਲਾ ਇਸ ਗੱਲ ਦਾ ਕਿ ਝੂਠ ਦੀ ਜੁੱਤੀ ਪਾ ਕੇ ਇਸ ਮੰਚ ਤੋਂ ਕਦੇ ਵੀ ਤੁਰਿਆ ਨਹੀਂ ਜਾਂਦਾ, ਜੋ ਵੀ ਕਹਿਣਾ ਹੁੰਦਾ ਉਹ ਹਕੀਕਤ ਦੇ ਵਿੱਚ ਕਹਿਣਾ ਹੁੰਦਾ। ਔਰ ਅੱਜ ਮੈਂ ਜਿਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਜ਼ਰਾ ਤੁਹਾਡੇ ਨਾਲ ਜ਼ਿਆਰਤ ਕਰਨ ਲੱਗੇ ਹਾਂ, ਉਹ ਵਿਸ਼ਾ ਕੌਮ ਦਾ ਇੱਕ ਬਹੁਤ ਅਹਿਮ ਵਿਸ਼ਾ, ਜਿਹੜੀ ਕੌਮ ਨੇ ਪਿਛਲੇ 40 ਸਾਲ ਦੱਬ ਕੇ ਕੁੱਟ ਖਾਧੀ ਹੈ, ਜਿਹੜੀ ਕੌਮ ਨੇ ਟਰੱਕਾਂ ਦੇ ਟਰੱਕ ਆਪਣੇ ਪੁੱਤਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਬੇਪਛਾਣ ਕਹਾ ਕੇ ਖੁਰਦ ਬੁਰਦ ਕਰ ਦਿੱਤਾ ਗਿਆ, ਉਹ ਕੌਮ ਜਿਸ ਦੀਆਂ ਧੀਆਂ ਦੇ ਨਾਲ ਬਲਾਤਕਾਰ ਹੋਏ, ਉਹ ਕੌਮ ਜਿਸ ਨੂੰ ਦਿੱਲੀ ਦੇ ਵਿੱਚ ਜ਼ਿੰਦਾ ਲੋਕਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜੇ। ਪਰ ਜਦੋਂ ਇੱਕ ਪਾਸੇ ਕੌਮ ਵੱਲ ਝਾਤੀ ਮਾਰਦੀ ਔਰ ਇੱਕ ਪਾਸੇ ਇਸ ਕੌਮ ਦੇ ਸਾਰੇ ਆਪਣੇ ਆਪ ਨੂੰ ਸਾਰੀਆਂ ਪਾਰਟੀਆਂ ਦੇ ਲੀਡਰ ਕਹਾਉਂਦੇ, ਚਾਹੇ ਉਹ ਨਰਮ ਦਲੀ ਹੈ ਅਤੇ ਚਾਹੇ ਉਹ ਗਰਮ ਦਲੀ ਹੈ, ਉਹਨਾਂ ਦੇ ਵਿੱਚ ਕੋਈ ਵੀ ਫਰਕ ਮਹਿਸੂਸ ਨਹੀਂ ਹੁੰਦਾ। ਸਾਰੇ ਇੰਨੇ ਕੁ ਢੰਗ ਦੇ ਨਾਲ ਵਿਕੇ ਹੋਏ ਨੇ ਕਿ ਜਿਨ੍ਹਾਂ ਨੇ 40 ਸਾਲ ਕੌਮ ਨੂੰ ਕੁੱਟ ਪੁਆਈ ਹੈ ਅਤੇ ਹਾਲੇ ਨਵੇਂ ਨਵੇਂ ਰੂਪਾਂ ਦੇ ਵਿੱਚ ਹੋਰ ਕਿੰਨਾ ਕੁ ਚਿਰ ਕੌਮ ਦੇ ਜੁੱਤੀਆਂ ਪਵਾਉਣੀਆਂ ਇਹਨਾਂ ਲੀਡਰਾਂ ਨੇ, ਮੈਂ ਸਮਝਾਂਗਾ ਕਿ ਉਹਦਾ ਹਿਸਾਬ ਕਿਤਾਬ ਕੋਈ ਨਹੀਂ। ਗੱਲ ਮੈਂ 1978 ਤੋਂ ਕਰਦਾ, ਨਿਰੰਕਾਰੀ ਕਾਂਡ ਤੋਂ ਤੁਰੀ ਹੋਈ ਹੈ। ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ, ਕੈਨੇਡਾ ਅਮਰੀਕਾ ਦੇ ਕਹਿੰਦੇ ਕਹਾਉਂਦੇ ਖਾਲਿਸਤਾਨੀ ਲੀਡਰ ਜਿਹੜੇ ਸੀ ਉਹ ਕੇਂਦਰ ਸਰਕਾਰ ਦੇ ਕੋਲ ਵਿਕੇ, ਜਿਨ੍ਹਾਂ ਦਾ ਇਨਕਸ਼ਾਫ ਐਸੇ ਮੰਚ 'ਤੇ ਸਵਰਗੀ ਗੰਗਾ ਸੋ ਢਿੱਲੋਂ ਕਰਕੇ ਗਿਆ। ਔਰ ਉਸ ਆਪੇ ਦੇ ਵਿੱਚ ਉਹ ਇਸ ਗੱਲ ਤੋਂ ਵੀ ਰਹਿ ਨਾ ਸਕੇ ਕਿ ਮੈਂ ਇੰਦਰਾ ਗਾਂਧੀ ਦੀ ਥਰਡ ਏਜੰਸੀ, ਤੀਜੀ ਏਜੰਸੀ ਦੇ ਚੀਫ ਕਾਓ ਨੂੰ ਜਰਮਨ ਜਾ ਕੇ ਮਿਲਿਆ ਸੀ। ਜੇ ਸਾਡੇ ਲੀਡਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੇ ਲੋਕਾਂ ਨੂੰ ਮਿਲਦੇ ਰਹੇ, ਉਹਨਾਂ ਕੋਲੋਂ ਪੈਸਾ ਵੀ ਵਿਦੇਸ਼ਾਂ ਦੇ ਵਿੱਚ ਬੈਠ ਕੇ ਲਿਆ, ਅਤੇ ਕੌਮ ਦਾ ਸਕਾ ਕੌਣ ਹੈ ਫਿਰ? ਬਾਦਲਾਂ ਅਤੇ ਇਹਨਾਂ ਦੇ ਵਿੱਚ ਫਰਕ ਕੀ ਹੈ? ਇਹ ਗੱਲ ਹਿਸਾਬ ਕਿਤਾਬ ਦੀ ਹੈ। ਅੱਜ ਉਸ ਮੌਕੇ ਦੇ ਉੱਤੇ ਗੱਲ ਕਰ ਰਹੇ ਹਾਂ ਜਿੱਥੇ ਅਸੀਂ ਏਡਾ ਕੁ ਵੱਡਾ ਭੰਗੜਾ ਪਾ ਕੇ ਖੁਸ਼ੀ ਮਨਾ ਰਹੇ ਹਾਂ ਕਿ ਭਾਈ 8 ਸਿੰਘਾਂ ਨੂੰ ਰਿਹਾਅ ਕਰ ਦਿੱਤਾ ਗਿਆ, ਉਹਨਾਂ ਦੀ ਜ਼ਿੰਦਗੀ ਵਰਿਆਮ ਸਿੰਘ ਵਰਗਿਆਂ ਦੀ ਬੀਤ ਗਈ। ਇੱਕ ਵਾਰੀ 2 ਮਹੀਨਿਆਂ ਵਾਸਤੇ ਜਦੋਂ ਬਲਵੰਤ ਸਿੰਘ ਰਾਮੂ ਵਾਲੀ ਆ ਯੂਪੀ ਦੇ ਜੇਲ੍ਹ ਮੰਤਰੀ ਸਨ ਅਤੇ ਵਰਿਆਮ ਸਿੰਘ ਹੋਰਾਂ ਨੂੰ ਰਿਲੀਜ਼ ਕੀਤਾ ਸੀ, ਉਸ ਵੇਲੇ ਰੌਲਾ ਪਾਇਆ ਸੀ ਜੀ ਉਹ ਛੁੱਟ ਗਏ, ਉਹਨਾਂ ਨੂੰ ਕੱਢ ਦਿੱਤਾ ਜੇਲ੍ਹ 'ਚੋਂ। ਪਰ ਪੰਜਾਬ, ਯੂਪੀ, ਕਰਨਾਟਕ, ਰਾਜਸਥਾਨ ਦੀਆਂ ਜੇਲ੍ਹਾਂ ਦੇ ਵਿੱਚ ਕਿੰਨੇ ਸਿੱਖ ਬੰਦ ਹੈ, ਅਤੇ ਬਾਬੇ ਨਾਨਕ ਦੇ ਏਡੇ ਵੱਡੇ ਨਾਂ ਨੂੰ 550 ਬਰੇ ਨੂੰ ਸਮਰਪਿਤ ਅਕਾਲੀ ਦਲ ਪਜਾਮੇ ਪਾ ਕੇ ਭੰਗੜਾ ਪਾ ਰਿਹਾ ਕਿ ਬਹੁਤ ਵੱਡੀ ਗੱਲ ਹੋਈ ਹੈ। ਸ਼੍ਰੋਮਣੀ ਕਮੇਟੀ ਨੇ ਬੜਾ ਵੱਡਾ ਪਰਉਪਕਾਰ ਕੀਤਾ। ਅਖੇ ਜੀ, ਬੜਾ ਵੱਡਾ ਪਰਉਪਕਾਰ ਹੋ ਗਿਆ ਹੈ ਗ੍ਰਹਿ ਮੰਤਰਾਲੇ ਵੱਲੋਂ ਕਿ ਬਲਵੰਤ ਸਿੰਘ ਰਾਜੋਆਣਾ ਹੋਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰ ਦਿੱਤੀ। ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਜੇ ਤੁਸੀਂ ਬਲਵੰਤ ਸਿੰਘ ਰਾਜੋਆਣਾ ਦੀ ਵਕਾਲਤ ਕਰਦੇ ਹੋ ਜਿਹਨੇ ਕਦੇ ਵੀ ਆਪਣਾ ਇੱਕ ਸਟੈਂਡ ਨਹੀਂ ਰੱਖਿਆ, ਜੇਲ੍ਹ ਦੇ ਵਿੱਚੋਂ ਲਿਖੀਆਂ ਚਿੱਠੀਆਂ, ਉਹਦੀ ਭੈਣ ਦੇ ਬਿਆਨਾਤ, ਉਹਦੇ ਬਿਆਨਾਤ, ਬਲਵੰਤ ਸਿੰਘ ਰਾਜੋਆਣਾ ਆਪ ਇਹ ਗੱਲ ਕਹਿੰਦੇ ਸੀ ਮੇਰੀ ਫਾਂਸੀ ਦੀ ਸਜ਼ਾ ਮਾਫ਼ ਨਹੀਂ ਕਰਨੀ। ਕਿੱਡਾ ਡਰਾਮਾ ਸੀ, ਕਿੱਡਾ ਡਰਾਮਾ ਸੀ। ਔਰ ਉਸੇ ਐਕਟ ਦੇ ਵਿੱਚ, ਉਸੇ ਸੇਮ ਬੇਅੰਤ ਸਿੰਘ ਦੇ ਕੇਸ ਦੇ ਵਿੱਚ ਜਗਤਾਰ ਸਿੰਘ ਹਵਾਰਾ ਆਉਂਦਾ। ਜੇ ਬਲਵੰਤ ਸਿੰਘ ਰਾਜੋਆਣਾ ਦੀ
ਮਾਫੀ ਹੋ ਸਕਦੀ ਹੈ, ਆਪਣੇ ਆਪ ਨੂੰ ਜ਼ਿੰਦਾ ਸ਼ਹੀਦ ਵੀ ਕਹਿਣਾ, ਉਹਦੀ ਫਾਂਸੀ ਦੀ ਸਜ਼ਾ ਮਾਫ਼ ਹੋ ਸਕਦੀ ਹੈ, ਅਤੇ ਜਗਤਾਰ ਸਿੰਘ ਹਵਾਰੇ ਹੋਰਾਂ ਨੂੰ ਕੀ ਹੋਇਆ ਹੈ? ਇੱਕ ਸਵਾਲ ਹੈ ਭੈਜਾ, ਮੈਂ ਪਹਿਲੇ ਹਿਸਾਬ ਕਿਤਾਬ ਦੀ ਗੱਲ ਕਰ ਦਿੱਤੀ ਹੈ, ਪਰ ਇਸ ਕੌਮ ਦੀ ਬਦਕਿਸਮਤੀ ਹੈ ਜਿਵੇਂ ਰਾਜ ਕਾਕੜਾ ਕਹਿੰਦਾ, ਬੜੀ ਵੱਡੀ ਬਦਕਿਸਮਤੀ ਇਸ ਕੌਮ ਦੀ, ਜਿਵੇਂ ਰਾਜ ਕਾਕੜੇ ਨੇ ਲਿਖਿਆ ਵੀ ਆਪਣੀ ਗਲਤੀ ਇੱਕ ਰੁੱਖ ਡਿੱਗਿਆ, ਆਪਣੀ ਗਲਤੀ ਇੱਕ ਰੁੱਖ ਡਿੱਗਿਆ, ਡਿੱਗਿਆ ਤੇਜ਼ ਹਵਾਵਾਂ ਨੇ, ਉਹ ਹਵਾਵਾਂ ਵੀ ਕਿਹੜੀਆਂ ਝੁੱਲੀਆਂ? ਤੁਹਾਨੂੰ ਸਭ ਨੂੰ ਪਤਾ ਹੈ ਦਰਬਾਰ ਸਾਹਿਬ 'ਤੇ ਹਮਲੇ ਦੀਆਂ ਹਵਾਵਾਂ, ਉਸ ਤੋਂ ਬਾਅਦ ਕਿਹੜਾ ਰੁੱਖ ਡਿੱਗਿਆ ਉਹ ਤੁਹਾਨੂੰ ਪਤਾ। ਆਪਣੀ ਗਲਤੀ ਇੱਕ ਰੁੱਖ ਡਿੱਗਿਆ, ਡਿੱਗਿਆ ਤੇਜ਼ ਹਵਾਵਾਂ ਨੇ, ਵਤਨ ਮੇਰੇ ਵਿੱਚ ਮੇਰੀ ਕੌਮ ਨੂੰ ਕਿੰਨੀਆਂ ਘੋਰ ਸਜ਼ਾਵਾਂ ਨੇ। ਉਹ ਕਿਹੜਾ ਮੁਲਕ ਹੈ ਜਿੱਥੇ ਸਜ਼ਾ ਖਤਮ ਕਰਨ ਤੋਂ ਬਾਅਦ ਵੀ ਵਰ੍ਹਿਆਂ ਵਧੀ ਸਿੱਖ ਪੋਲੀਟੀਕਲ ਕੈਦੀਆਂ ਨੂੰ? ਇਹ ਕੋਈ ਮੁਜ਼ਰਮ ਕੈਦੀ ਨਹੀਂ ਸੀ ਜ਼ਿਆਦਾਤਰ, ਇਹ ਪੋਲੀਟੀਕਲ ਕੈਦੀ ਸੀ। ਉਹਨਾਂ ਨੂੰ ਵਰ੍ਹਿਆਂ ਵਧੀ ਹਿੰਦੁਸਤਾਨ ਦੀਆਂ ਜੇਲ੍ਹਾਂ ਵਿੱਚ ਰੱਖਿਆ ਜਾਵੇ, ਅਤੇ ਅੱਜ ਗੁਰੂ ਨਾਨਕ ਦਾ ਨਾਂ ਲੈ ਕੇ 550ਵੇਂ ਵਰ੍ਹੇ ਦੇ ਉੱਤੇ, ਜਾਂ ਤਾਂ ਇਹ ਗੱਲ ਹੁੰਦੀ ਨਾ 550ਵੇਂ ਵਰ੍ਹੇ ਦੇ ਉੱਤੇ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਸਾਰੇ ਸਿੱਖ ਕੈਦੀ ਜਿਹੜੇ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ, ਅਤੇ ਸੂਬਾ ਸਰਕਾਰ ਨੇ ਸਿਰਫ 8 ਨਾਵਾਂ ਦੀ ਸੂਚੀ ਕਿਉਂ ਭੇਜੀ? ਇਸ ਗੱਲ ਨੂੰ ਕੋਈ ਕਿਉਂ ਨਹੀਂ ਕਰਦਾ? ਜਦੋਂ ਪਿਛਲੀ ਵਾਰੀ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਸੀ, ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਾਰੇ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਸੂਚੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਿਉਂ ਨਹੀਂ ਭੇਜੀ? ਅੱਜ ਕੈਪਟਨ ਅਮਰਿੰਦਰ ਸਿੰਘ ਆ, ਉਹਨੇ 8 ਦੀ ਭੇਜੀ, ਸੂਬਾ ਸਰਕਾਰ ਨੇ ਸੂਚੀ ਭੇਜਣੀ ਗ੍ਰਹਿ ਮੰਤਰਾਲੇ ਨੂੰ, ਲਿਸਟ ਭੇਜੀ ਹੈ, ਅਤੇ ਕਾਂਗਰਸ ਦੀ ਸਰਕਾਰ ਹਵਾਰੇ ਦੀ ਵੀ ਫਾਂਸੀ ਦੀ ਸਜ਼ਾ ਮਾਫ਼। ਕਿੱਥੇ ਕਿਸੇ ਕਾਰਨ ਅਤੇ ਕਿਸੇ ਰਾਜ ਦੀ ਗੁੰਜਾਇਸ਼ ਹੈ? ਕਿਉਂਕਿ ਇੱਕ ਸਰਬੱਤ ਖਾਲਸਾ ਸੱਦ ਕੇ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਬਣਾਇਆ, ਉਹਦੀ ਵਾਗਡੋਰ ਧਿਆਨ ਸਿੰਘ ਮੰਡ ਸਾਂਭ ਰਿਹਾ, ਅਕਾਲੀ ਦਲ ਬਕਾਇਦਾ ਤੌਰ ਦੇ ਉੱਤੇ ਹਾਸ਼ੀਏ 'ਤੇ ਪਹੁੰਚਿਆ ਹੋਇਆ, ਉਹ ਜਗਤਾਰ ਸਿੰਘ ਹਵਾਰੇ ਨੂੰ ਪਹਿਲਾਂ ਇੱਕ ਐਲਾਨ ਕਰ ਚੁੱਕੇ ਨੇ ਕਿ ਭਾਈ ਜਗਤਾਰ ਸਿੰਘ ਹਵਾਰੇ ਨੂੰ ਅਸੀਂ ਅਕਾਲ ਤਖਤ ਦਾ ਜਥੇਦਾਰ ਬਣਾ ਦੇਣਾ। ਅਕਾਲ ਤਖਤ ਸਾਹਿਬ ਦੀ ਜੇਕਰ ਸਰਬ ਉੱਚਤਾ ਵੱਲ ਵੇਖੀਏ, ਤਾਂ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਬੰਦੇ ਨੇ ਜਦੋਂ ਉਹਨਾਂ ਨੂੰ ਰਾਜਨੀਤੀ ਲਈ ਵਰਤਣਾ, ਤਾਂ ਫਿਰ ਜਥੇਦਾਰ ਉਹੀ ਰਹਿ ਗਏ। ਪੜ੍ਹਿਆ ਲਿਖਿਆ ਜਥੇਦਾਰ ਐਕਟਿੰਗ ਬਣਾਇਆ ਹੋਇਆ ਗਿਆਨੀ ਹਰਪ੍ਰੀਤ ਸਿੰਘ, ਉਹ ਫੁੱਲ ਫਲੈਸ਼ ਜਥੇਦਾਰ ਨਹੀਂ ਲਾਇਆ ਜਾ ਸਕਦਾ। ਜਥੇਦਾਰਾਂ ਦੀ ਕਾਬਲੀਅਤ, ਮਤਲਬ ਜਥੇਦਾਰਾਂ ਦੀ ਕਾਬਲੀਅਤ ਦੇਖੋ ਤੁਸੀਂ, ਕਾਬਲੀਅਤ ਦਾ ਗੁਣਾ ਕਿੱਥੇ ਪਾ ਰਹੇ ਨੇ? ਮੈਂ ਸਮਝਾਂਗਾ ਇੱਕ ਬਹੁਤ ਵਧੀਆ ਗੱਲ ਹੈ, ਉਹ ਬਜ਼ੁਰਗ ਹੋ ਚੁੱਕੇ ਨੇ, ਜ਼ਿੰਦਗੀ ਉਹਨਾਂ ਨੇ ਹੰਢਾ ਦਿੱਤੀ ਜੇਲ੍ਹਾਂ ਦੇ ਵਿੱਚ, ਨਰਕ ਬਣ ਗਈ ਜ਼ਿੰਦਗੀ ਉਹਨਾਂ ਦੀ ਉੱਥੇ ਜੇਲ੍ਹਾਂ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ। ਮੈਂ ਕਰਨਾਟਕ ਨੂੰ ਅਤੇ ਯੂਪੀ ਨੂੰ ਦੋਸ਼ ਕਿਉਂ ਦੇਵਾਂ? ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਅੰਮ੍ਰਿਤਸਰ ਲਿਆ ਕੇ ਪਾਗਲ ਕਰ ਦਿੱਤਾ, ਇੱਕ ਪੜ੍ਹਿਆ ਲਿਖਿਆ ਪ੍ਰੋਫੈਸਰ ਜਿਹਦਾ ਕਸੂਰ ਕੋਈ ਨਹੀਂ, DGP ਉਹ ਲਾਇਆ ਜਿਹਦਾ ਪਿਓ ਸੁਮੇਧ ਸੈਣੀ ਨੇ ਮਾਰ ਦਿੱਤਾ, ਜਿਹਦਾ ਮਾਮਾ ਸਰਵਿਸ ਕਰਦੀ ਪੜ੍ਹੀ ਲਿਖੀ ਜੌਬ ਦੇ ਵਿੱਚੋਂ ਬੰਦਾ ਚੱਕ ਕੇ ਉਸ ਦਾ ਫੇਕ ਇਨਕਾਊਂਟਰ ਕਰ ਦਿੱਤਾ, ਉਹ ਸੁਮੇਧ ਸਿੰਘ ਸੈਣੀ ਬਾਦਲ ਨੇ ਵੀ DGP ਲਾਇਆ, ਕੈਪਟਨ ਨੇ ਵੀ ਰੱਖਿਆ, ਜਿਹਨੇ ਇੱਕ ਪੜ੍ਹੇ ਲਿਖੇ ਕੌਮ ਦੇ ਹੀਰੇ ਬੰਦੇ ਨੂੰ ਪਾਗਲ ਕਰ ਦਿੱਤਾ ਜੇਲ੍ਹਾਂ ਦੇ ਵਿੱਚ। ਅਵਸਥਾ ਬਿਮਾਰੀ ਦੀ ਹੋ ਗਈ, ਇੱਕ ਤੜਫਾਟ ਦੀ ਹੋ ਗਈ, ਕਿੱਥੇ ਗੱਲ ਕਰੋਗੇ ਤੁਸੀਂ? ਅੱਜ ਕਿਸ ਗੱਲ ਦਾ ਚਾਅ? ਕਿੱਡਾ ਕੁ ਵੱਡਾ ਅੱਜ ਕੌਮ ਦੇ ਲੋਕਾਂ ਨੂੰ ਚਾਅ ਚੜ ਗਿਆ ਕਿ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ 8 ਤੇ ਬਾਹਰ ਹੀ ਕਰ ਦਿੱਤੀ? ਬਈ ਕਿਉਂ ਸੂਬਾ ਸਰਕਾਰ ਨੇ ਜਦੋਂ ਬਾਜਪਾਈ ਸਾਹਿਬ ਦੀ ਸਰਕਾਰ ਰਹੀ ਤਾਂ 12 ਦੇ 12 MP ਜਿਹੜੇ ਸੀ ਉਹ ਭਾਈਵਾਲ ਸੀ, ਅਕਾਲੀ ਦਲ ਦੇ MP, ਕਿਉਂਕਿ 24 ਪਾਰਟੀਆਂ ਦੀ ਸਾਂਝੀ ਸਰਕਾਰ ਸੀ ਅਟਲ ਬਿਹਾਰੀ ਵਾਜਪਾਈ ਜੀ ਦੀ, ਪਹਿਲੇ ਦਿਨ ਤਾਂ ਕੁਛ ਦਿਨਾਂ ਦੀ ਸੀ ਨਾ, ਜਿਵੇਂ ਜਵਾਕ ਜੰਮਦਾ ਹੀ ਮਰ ਜਾਂਦਾ ਉੱਦਾਂ ਹੋ ਗਿਆ ਸੀ ਕੰਮ। ਉਸ ਤੋਂ ਬਾਅਦ
ਪੰਜ ਸਾਲ ਅਟਲ ਜੀ ਦੀ ਸਰਕਾਰ ਚੱਲੀ, ਉਹਦੇ ਵਿੱਚ ਹੀ ਕਾਰਗਿਲ ਹੋਇਆ, ਉਹਦੇ ਵਿੱਚ ਹੀ ਜਾਰਜ ਫਰਨਾਂਡਿਸ ਵੱਲੋਂ ਸਭ ਤੋਂ ਸ਼ਰਮਨਾਕ ਕਰਤੂਤ 1947 ਤੋਂ ਬਾਅਦ ਕਿ ਸ਼ਹੀਦਾਂ ਦੇ ਕਫਨ ਅਤੇ ਤਬੂਤਾਂ ਦੇ ਵਿੱਚ ਕਪੜਾ ਹੋਇਆ ਹੋਵੇ ਬੀਜੇਪੀ ਦੀ ਸਰਕਾਰ ਦੇ ਵਿੱਚ। ਜਾਰਜ ਫਰਨਾਂਡਿਸ ਆਪਣੇ ਆਪ ਨੂੰ ਲੈਫਟ ਫਰੰਟ ਦਾ ਨੈਕਸਲਾਈਟ ਸੋਚ ਦਾ ਬੰਦਾ ਕਹਿੰਦਾ ਸੀ, ਉਹ ਆ ਕੇ NDA ਦੇ ਵਿੱਚ ਸ਼ਾਮਿਲ ਹੋ ਗਿਆ ਸੀ। ਇਹ ਜਾਰਜ ਫਰਨਾਂਡਿਸ ਦੇ ਵੇਲੇ ਜਦੋਂ ਰੱਖਿਆ ਮੰਤਰੀ ਸੀ, ਉਹ ਵਿਭਾਗ ਦਾ ਮੰਤਰੀ ਸੀ, ਉਸ ਵੇਲੇ ਇਹ ਵੱਡਾ ਘੁਟਾਲਾ ਹੋਇਆ ਕਾਰਗਿਲ ਦੀ ਜੰਗ ਵੇਲੇ। ਮੈਂ ਅੱਜ ਸਵਾਲ ਕਰਨਾ ਚਾਹਾਂਗਾ ਬਕਾਇਦਾ ਤੌਰ ਦੇ ਉੱਤੇ ਕਿ ਅੱਜ ਕਿਹੜਾ ਜਿਹੜਾ ਹੈ ਉਹ ਚਾਹ ਚੜ੍ਹ ਗਿਆ, ਕਿਹੜਾ ਮਤਲਬ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਬਹੁਤ ਵੱਡਾ ਮਾਰਕਾ ਮਾਰਿਆ ਗਿਆ। ਅੱਜ ਸੂਬਾ ਸਰਕਾਰ, ਬਾਦਲ ਸਾਹਿਬ ਨੇ ਨਹੀਂ ਭੇਜੀ ਲਿਸਟ, ਗ੍ਰਹਿ ਮੰਤਰਾਲਾ ਸੁਖਬੀਰ ਸਿੰਘ ਬਾਦਲ ਹੋਣਾ ਕੋਲ ਰਿਹਾ। ਜੇ ਅੱਜ ਕੈਪਟਨ ਸਾਹਿਬ ਨੇ ਭੇਜ ਦਿੱਤੀ ਕਾਂਗਰਸ ਸਰਕਾਰ ਨੇ ਲਿਸਟ, ਸਿਫਾਰਿਸ਼ ਕਰ ਦਿੱਤੀ, ਤਾਂ ਬਈ ਉਹ ਸਾਰੇ ਸਿੱਖਾਂ ਦੀ ਕਿਉਂ ਨਹੀਂ ਕੀਤੀ? ਅਤੇ ਨਾਲ ਹੀ ਅੱਜ ਸਵਾਲ ਕਰਨਾ ਬਣਦਾ, 40 ਵਰ੍ਹਿਆਂ ਦੇ ਵਿੱਚ ਅਸੀਂ ਕੀ ਖੱਟਿਆ? ਆਪਣੀਆਂ ਧੀਆਂ ਨਾਲ ਬਲਾਤਕਾਰ ਕਰਵਾਏ ਕਾਲੀਆਂ ਬਿੱਲੀਆਂ ਵੱਲੋਂ, 14-14 ਸਾਲ ਦੇ ਜ਼ਰਖੇਜ਼ ਧਰਤੀ ਦੇ ਪੁੱਤ ਜਿਹੜੇ ਸੀ ਉਹ ਚੱਕ ਚੱਕ ਕੇ ਲਾਸ਼ਾਂ ਦੀ ਗਿਣਤੀ ਪੂਰੀ ਕੀਤੀ ਗਈ। ਜਸਵੰਤ ਸਿੰਘ ਖਾਲੜੇ ਵਰਗੇ ਐਕਟਿਵਿਸਟ ਘਰੋਂ ਚੱਕ ਕੇ ਮਾਰ ਦਿੱਤੇ ਗਏ। ਪੰਜਾਬ ਦੇ ਵਿੱਚ ਬੁਲਡੋਜ਼ ਆਪਰੇਸ਼ਨ ਦੇ ਨਾਂ ਦੇ ਉੱਤੇ ਸਾਰੇ ਕੁਛ ਦੀ ਇੱਕ ਵਿਨਾਸ਼ਵਾਦੀ ਤਬਾਹੀ ਲੈ ਆਉਂਦੀ ਗਈ। ਉਹ ਕੀਤਾ ਸਿਸਟਮ ਨੇ ਜੋ ਨਹੀਂ ਕਰਨਾ ਚਾਹੀਦਾ ਸੀ। ਪਰ ਮਸਲਾ ਇਸ ਗੱਲ ਦਾ ਕਿ ਉਸ ਦੇ ਵਿੱਚ ਵੀ ਕੌਣ ਮਰਿਆ? ਆਮ ਲੋਕ। ਜਾਂ ਤਾਂ ਅੱਜ ਦੱਸੋ ਨਾ ਕਿ ਉਸ ਲਹਿਰ ਦੇ ਵੱਡੇ ਵੱਡੇ ਬੰਦੇ ਜਿਹੜੇ ਉਹ ਮਰ ਗਏ, ਉਹਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ। ਅੱਜ ਆ ਜਿੱਡੇ ਵੱਡੇ ਵੱਡੇ ਕਹਿੰਦੇ ਕੌਮੀ ਲੀਡਰ ਹੈ ਨਾ, ਇਹਨਾਂ ਦੀਆਂ ਪ੍ਰੋਪਰਟੀਆਂ ਦੇਖੋ ਜਾ ਕੇ ਚੰਡੀਗੜ੍ਹ, ਉਂਗਲਾਂ 'ਤੇ ਨਹੀਂ ਗਿਣ ਹੁੰਦੀਆਂ। ਮੋਰਚੇ ਲੱਗਦੇ ਰਹੇ, ਪਹਿਲੇ ਗੁਰਬਖਸ਼ ਸਿੰਘ ਹੋਣਾਂ ਨੇ ਲਾਇਆ ਮੋਰਚਾ, ਉਹ ਚੰਡੀਗੜ੍ਹ ਤੋਂ ਮੋਰਚਾ ਚੱਕ ਕੇ ਹਰਿਆਣੇ ਲਗਾਏ, ਹਰਿਆਣੇ ਵਾਲਾ ਸ਼ੱਭੂ ਬਾਰਡਰ ਪਾਰ ਕਰਦੇ ਕਰਦੇ ਉੱਥੇ ਮੁੱਕਰ ਗਏ, ਉੱਥੇ ਹੀ ਗੱਡੀਆਂ ਨੂੰ ਲੌਕ ਲੱਗ ਗਈ। ਫਿਰ ਇੰਨੇ ਲੰਬੇ ਸਮੇਂ ਤੋਂ ਸੂਰਤ ਸਿੰਘ ਖਾਲਸੇ ਹੋਰਾਂ ਦਾ ਚੱਲਦਾ, ਫਿਰ ਬਰਗਾੜੀ ਮੋਰਚਾ, ਉਸ ਦੀ ਸਭ ਤੋਂ ਵੱਡੀ ਮੰਗ ਸੀ। ਅੱਜ ਮੈਨੂੰ ਲੱਗਦਾ ਕਿ ਬਰਗਾੜੀ ਮੋਰਚੇ ਵਾਲੇ ਕਹਿਣਗੇ ਕੈਪਟਨ ਸਰਕਾਰ ਨੇ ਸਾਡੇ ਕਹੇ 'ਤੇ ਨਾ 8 ਦੀ ਲਿਸਟ ਭੇਜੀ। ਅੱਜ ਬਰਗਾੜੀ ਮੋਰਚੇ ਵਾਲੇ ਵੀ ਇਹ ਸਟੇਟਮੈਂਟ ਦੇਣ ਕਿ ਅਸੀਂ 8 ਦੀ ਲਿਸਟ ਨਹੀਂ ਸੀ ਦਿੱਤੀ, ਅਸੀਂ ਬੰਚ ਦੀ ਲਿਸਟ ਦਿੱਤੀ ਸੀ, ਉਹ ਲਿਸਟ ਨਹੀਂ ਭੇਜੀ ਗਈ। ਇਸ ਦੇ ਉੱਤੇ ਸਥਿਤੀ ਕਲੀਅਰ ਹੋਣੀ ਚਾਹੀਦੀ ਹੈ। ਪਰ 1978 ਤੋਂ ਲੈ ਕੇ 2020 ਆਉਣ ਵਾਲਾ, ਇਹਨਾਂ 40 ਸਾਲਾਂ ਦੇ ਵਿੱਚ ਕੌਮ ਨੇ ਕੀ ਖੱਟਿਆ? ਵਿਦੇਸ਼ੀ ਸਿੱਖ ਗਰਮ ਖਿਆਲੀ ਖਾਲਿਸਤਾਨੀ ਲੀਡਰਾਂ ਦੇ ਕੋਲੋਂ ਕੌਮ ਦੀ ਝੋਲੀ ਦੇ ਵਿੱਚ ਹੁਣ ਤੱਕ ਵਿਦੇਸ਼ਾਂ ਦੇ ਵਿੱਚ ਕੀ ਪਿਆ? ਬੇਵਫਾਈ ਤੋਂ ਇਲਾਵਾ ਕੁਝ ਨਹੀਂ। ਅਤੇ ਪੰਜਾਬ ਦੀ ਜ਼ਰਖੇਜ਼ ਧਰਤੀ ਜਿਹੜੀ ਹੈ ਉਹ ਮਿੱਟੀ ਕਰ ਦਿੱਤੀ ਗਈ ਪੋਲੀਟੀਸ਼ਨਾਂ ਦੇ ਪਿੱਛੇ ਪਿੱਛੇ ਪੁੱਛਾਂ ਮਾਰਦਿਆਂ ਨੇ, ਸਾਰਿਆਂ ਨੇ ਰਲ ਮੁੜ ਕੇ ਲੁਕਣ ਮੀਚੀ ਖੇਡੀ। ਔਰ ਸਭ ਤੋਂ ਵੱਡੀ ਲੁਕਣ ਮੀਚੀ ਖੇਡਣ ਵਾਲਾ ਜਸਵੀਰ ਸਿੰਘ ਰੋਡੇ, ਜਿਹਨੇ ਗੋਲ ਪੱਗ ਬੰਨ ਕੇ ਕਹਿਣਾ ਜੀ ਵਾਹ 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 ਕਿਆ ਬਾਤ ਹੈ ਜੀ, ਇਹ ਤਾਂ ਬਹੁਤ ਵੱਡੇ ਲੀਡਰ ਹੈ। ਪਰ ਅੰਦਰ ਦੇਖਣ ਵਾਲਾ ਸੀ ਕਿ ਅੰਦਰ ਹਕੀਕਤ ਕੀ ਹੈ? ਅੱਜ ਸਾਫ ਇਸ ਦੀ ਲੋੜ ਹੈ ਕਿ ਕੌਮ ਨੇ ਕੀ ਖੱਟਿਆ। ਪ੍ਰੋਗਰਾਮ ਜਾਰੀ ਰੱਖਾਂਗੇ ਇਸੇ ਤਰ੍ਹਾਂ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ, ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਔਰ ਮੇਰੇ ਨਾਲ ਉੱਘੇ ਪੱਤਰਕਾਰ ਸਰਦਾਰ ਗੁਰਵਿੰਦਰ ਸਿੰਘ ਧਾਲੀਵਾਲ, ਜਿਨ੍ਹਾਂ ਦੀ ਪੰਥਕ ਇਸ਼ੂਆਂ ਦੇ ਉੱਤੇ ਬਹੁਤ ਵੱਡੀ ਪਕੜ ਹੈ, ਔਰ ਹਮੇਸ਼ਾ ਉਹਨਾਂ ਦਾ ਏਜੰਡਾ ਜਿਹੜਾ ਉਹ ਪੰਥਕ ਇਸ਼ੂਆਂ ਦੇ ਉੱਤੇ ਰਿਹਾ, ਭਾਵੇਂ ਅੱਜ ਦੀ ਤਰੀਕ ਦੇ ਵਿੱਚ ਉਹ ਆਪਣੀ ਇਲੈਕਸ਼ਨ ਦੇ ਵਿੱਚ ਖਾਸੇ ਬਿਜ਼ੀ ਹੈ। ਔਰ ਕੈਨੇਡਾ ਦੀ ਇਲੈਕਸ਼ਨ ਹੋ ਰਹੀ ਹੈ, ਔਰ ਸੁੱਖ ਧਾਲੀਵਾਲ ਵਰਗੇ ਬੰਦੇ ਜਿਹੜੇ ਸਿੱਖ ਇਸ਼ੂਜ਼ ਦੀ ਗੱਲ ਹਮੇਸ਼ਾ ਸੰਸਦ ਦੇ ਵਿੱਚ ਕਰਦੇ ਰਹੇ ਆ, ਉਹਨਾਂ ਵਰਗੇ ਬੰਦੇ ਵਧੀਆ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਉਮੀਦਵਾਰਾਂ ਦੇ ਰੂਪ ਦੇ ਵਿੱਚ ਖੜ੍ਹੇ ਨੇ, ਰੂਬੀ ਸਹੋਤਾ ਵੀ। ਔਰ ਮੈਂ ਸਮਝਾਂਗਾ ਕਿ ਇੰਨੇ ਕੀਮਤੀ ਵਕਤ ਵਿੱਚੋਂ ਸਾਡੇ ਨਾਲ ਇਸ ਇਸ਼ੂ ਦੇ ਉੱਤੇ ਗੱਲ ਕਰਨ ਦਾ ਸਮਾਂ ਕੱਢਣਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਪਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਆਪ ਜੀ ਤੇ ਸਮੂਹ ਸਰੋਤਿਆਂ ਦਾ ਧੰਨਵਾਦ, ਬਹੁਤ ਸ਼ੁਕਰੀਆ ਜੀ ਹਰਵਿੰਦਰ ਰਿਆਤ ਸਾਹਿਬ।
ਅੱਜ ਮੈਂ ਪ੍ਰੋਫੈਸਰ ਮੈਥਮੈਟਿਕਸ ਦੇ ਵਿੱਚ ਪ੍ਰੋਗਰਾਮ ਕਰ ਰਿਹਾ ਭਾਈ 1978 ਤੋਂ ਲੈ ਕੇ 40 ਸਾਲਾਂ ਦੇ ਵਿੱਚ ਇਹ ਲੀਡਰ ਚਾਹੇ ਉਹ ਨਰਮ ਖਿਆਲੀ ਨੇ ਚਾਹੇ ਉਹ ਗਰਮ ਖਿਆਲੀ ਨੇ ਰਾਈਟ ਚਾਹੇ ਕੋਈ ਕਿਸੇ ਤਰ੍ਹਾਂ ਦੀ ਪੱਗ ਬੰਨਦਾ ਇਹ ਹਿਸਾਬ ਕੌਮ ਨੂੰ ਦੇਣ ਵੀ ਕੌਮ ਨੂੰ ਕੀ ਖਟਾਇਆ ਕੀ ਵਟਾਇਆ ਕੌਮ ਦਾ ਨੁਕਸਾਨ ਕਿੰਨਾ ਕੀਤਾ ਔਰ ਅਜੇ ਵੀ ਕਰ ਰਹੇ ਨੇ ਲਗਾਤਾਰ ਬਕਾਇਦਾ ਤੌਰ ਦੇ ਉੱਤੇ ਕਿਸੇ ਚੀਜ਼ ਦੀ ਚਾਰਾ ਜੋਈ ਨਹੀਂ ਅੱਜ ਦੀ ਤਰੀਕ ਦੇ ਵਿੱਚ ਨੌ ਸਿੰਘ ਰਿਹਾਈ ਹੋਈ ਹੈ ਬਹੁਤ ਖੁਸ਼ੀ ਦੀ ਗੱਲ ਹੈ ਰਾਜੋ ਆਣਾ ਨੂੰ ਕਹਿੰਦੇ ਜੀ ਫਾਂਸੀ ਦੀ ਸਜ਼ਾ ਮਾਫ਼ ਕਰਕੇ ਅਤੇ ਉਹਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਪਹਿਲਾਂ ਰਾਜੋ ਆਣਾ ਕਹਿੰਦੇ ਸੀ ਵੀ ਮੈਂ ਨਹੀਂ ਮੇਰੀ ਮਾਫ਼ੀ ਫਾਂਸੀ ਨਹੀਂ ਮਾਫ਼ ਹੋਣੀ ਚਾਹੀਦੀ ਫਿਰ ਸਟੇਟਮੈਂਟਾਂ ਚੇਂਜ ਹੋਈਆਂ ਫਿਰ ਬਾਦਲਾਂ ਨੇ ਕਿਹਾ ਵੀ ਅਸੀਂ ਰਾਜੋ ਆਣਾ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾ ਦੇਣਾ ਫਿਰ ਨਾਅਰੇ ਮਾਰੇ ਗਏ ਫਿਰ ਮੈਂ ਸਮਝਾਂਗਾ ਕਿ ਗੁਰਬਖਸ਼ ਸਿੰਘ ਤੋਂ ਲੈ ਕੇ ਸੂਰਤ ਸਿੰਘ ਖਾਲਸਾ ਬਰਗਾੜੀ ਮੋਰਚੇ ਤੱਕ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੋਈਆਂ ਸਿੱਖ ਕੌਮ ਦਾ ਬਹੁਤ ਦੁਖਦਾਈ ਪਹਿਲੂ ਹੈ ਇਹ ਜਿੰਨਾ ਕੌਮ ਨੇ ਮੇਰਾ ਖਿਆਲ ਹੈ 1978 ਤੋਂ ਲੈ ਕੇ ਆ ਹੁਣ ਤੱਕ ਸਰਾਪ ਭੋਗਿਆ ਅਤੇ ਭੋਗ ਰਹੀ ਹੈ ਮੇਰਾ ਖਿਆਲ ਨਹੀਂ ਕੋਈ ਵੀ ਕਿਸੇ ਕੌਮ ਨੇ ਹੋਰ ਐਡਾ ਸਰਾਪ ਭੋਗਿਆ ਹੋਵੇ ਤੁਹਾਡਾ ਕੀ ਖਿਆਲ ਹੈ ਇਹਨਾਂ ਰਿਹਾਈਆਂ ਦੇ ਉੱਤੇ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਤੁਸੀਂ ਰਿਆਤ ਸਾਹਿਬ ਦੱਸਿਆ ਕਿ ਇਸ ਵੇਲੇ ਡਿਬੇਟ ਖਤਮ ਹੋਈ ਹੈ ਕੈਨੇਡਾ ਦੀ ਨੈਸ਼ਨਲ ਡਿਬੇਟ ਸੀ ਜਿਸ ਦੇ ਵਿੱਚ 6 ਪਾਰਟੀਆਂ ਦੇ ਲੀਡਰ ਜਿਹੜੇ ਆ ਉਹ 21 ਅਕਤੂਬਰ ਦੀ ਇਲੈਕਸ਼ਨ ਦੇ ਮੱਦੇਨਜ਼ਰ ਇਸ ਡਿਬੇਟ ਵਿੱਚ ਸਨ ਕਾਫੀ ਸਵਾਲ ਜਵਾਬ ਤੇ ਇਸ ਵੇਲੇ ਕਈ ਤਰ੍ਹਾਂ ਦੇ ਜਿਹੜੇ ਚੱਲ ਰਹੇ ਨੇ ਲਿਖਤੀ ਤੌਰ ਤੇ ਵੀ ਅਸੀਂ ਮੀਡੀਆ 'ਚ ਇਹਨਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੇ ਉਸੇ ਹੀ ਸਮੇਂ ਭਾਰਤ ਦੇ ਵਿੱਚ ਵੀ ਕੁਝ ਇੱਕ ਜਿਹੜੇ ਪੰਜਾਬ ਦੇ ਵਿੱਚ ਵੀ 4 ਹਲਕੇ ਤੇ ਬਾਕੀ ਵੱਖ ਵੱਖ ਥਾਵਾਂ ਤੇ 21 ਅਕਤੂਬਰ ਦੀਆਂ ਵੋਟਾਂ ਉਸੇ ਟਾਈਮ ਅਸੀਂ ਉੱਧਰ ਵੀ ਦੇਖਦੇ ਹਾਂ ਰਾਜਨੀਤਿਕ ਤੌਰ ਤੇ ਵੋਟਾਂ ਦਾ ਜਿਹੜਾ ਪ੍ਰਭਾਵ ਹੈ ਉਹ ਚੱਲ ਰਿਹਾ ਜਿਹੜੀ ਤੁਸੀਂ ਰਿਹਾਈ ਤੇ ਹੋਰ ਘਟਨਾਵਾਂ ਦੀ ਗੱਲ ਕਰ ਰਹੇ ਹੋ ਮੈਂ ਇਹਨੂੰ ਸਮੁੱਚੇ ਤੌਰ ਤੇ ਇੱਕੋ ਨਜ਼ਰੀਏ ਤੇ ਦੇਖਦਾ ਕਿ ਆ ਰਹੀਆਂ ਵੋਟਾਂ ਤੇ ਚੋਣਾਂ ਉਹਨਾਂ ਤੋਂ ਪਹਿਲਾਂ ਇਹ ਗੱਲਬਾਤ ਸਾਰੀ ਜਿਹੜੀ ਹੈ ਉਹ ਉਸ ਨਾਲ ਜੋੜ ਕੇ ਵੇਖਣੀ ਮੁਨਾਸਿਬ ਹੋਏਗੀ ਹਾਲਾਂਕਿ ਗੁਰੂ ਨਾਨਕ ਸਾਹਿਬ ਦਾ 550ਵਾਂ ਅਵਤਾਰ ਪੁਰਬ ਜਿਹੜਾ ਹੈ ਉਹ ਸਾਰੇ ਮਨਾ ਰਹੇ ਹਾਂ ਤੇ ਉਸ ਤੇ ਜੇ ਰਿਹਾਈਆਂ ਕੀਤੀਆਂ ਜਾਂਦੀਆਂ ਜਾਂ ਗਲਤੀਆਂ ਸੁਧਾਰੀਆਂ ਜਾਂਦੀਆਂ ਜਿਨ੍ਹਾਂ ਤੇ ਤਸ਼ੱਦਦ ਹੋਏ ਆ ਉਸਦੇ ਸੰਬੰਧ ਦੇ ਵਿੱਚ ਸੁਧਾਰ ਕੀਤਾ ਜਾਂਦਾ ਚੰਗੀ ਗੱਲ ਹੈ ਪਰ ਇਸ ਦੇ ਵਿੱਚ ਟੂ ਟੇਅਰ ਸਿਸਟਮ ਨਹੀਂ ਹੋਣਾ ਚਾਹੀਦਾ ਇਹਦੇ 'ਚ ਇੱਕ ਸਾਰਤਾ ਹੋਵੇ ਇੱਕ ਸਾਰਤਾ ਇਸ ਕਿਸਮ ਦੀ ਹੋਵੇ ਕਿ ਜੇ ਰਾਜੋਆਣਾ ਸਾਹਿਬ ਦੀ ਫਾਂਸੀ ਦੀ ਮਾਫ਼ੀ ਦੀ ਗੱਲ ਹੈ ਉਸਦੇ ਨਾਲ ਹੀ ਹੋਰ ਜਿਹੜੇ ਸਿੰਘ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਅਜੇ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਨੇ ਜਾਂ ਇਸ ਤੋਂ ਇਲਾਵਾ ਉਹ ਜਿਹੜੇ ਕਿ ਜਿਸ ਹਿਸਾਬ ਨਾਲ ਅਸੀਂ ਇੱਕ ਉਦਾਹਰਨ ਬੜੀ ਕਾਮਨ ਜੀ ਹੈ ਉਹ ਇਹ ਹੈ ਕਿ ਜੇ ਅਸੀਂ ਦੇਖਦੇ ਹਾਂ ਕਿ ਕੱਲ੍ਹ ਰਾਵਣ ਦਾ ਪੁਤਲਾ ਸਾੜਿਆ ਜਾਣਾ ਦੁਨੀਆ ਖਾਸ ਤੌਰ ਤੇ ਭਾਰਤ ਦੇ ਵੱਖ ਵੱਖ ਹਿੱਸਿਆਂ 'ਚ ਹਾਲਾਂਕਿ ਇਸਦਾ ਵਿਰੋਧ ਵੀ ਚੱਲ ਰਿਹਾ ਮੂਲ ਵਾਸੀ ਲੋਕ ਉਸ ਨੂੰ ਆਪਣਾ ਮਹਾਂਪੁਰਸ਼ ਮੰਨਦੇ ਨੇ ਤੇ ਉਹ ਸਤਿਕਾਰ ਕਰਦੇ ਨੇ ਪਰ ਇੱਕ ਆਧਾਰ ਬਣਾਇਆ ਜਾਂਦਾ ਕਿ ਕਿਉਂਕਿ ਉਸ ਨੇ ਜਿਹੜਾ ਹੈ ਭਗਵਾਨ ਰਾਮ ਚੰਦਰ ਦੀ ਪਤਨੀ ਸੀਤਾ ਜੀ ਦਾ ਅਪਹਰਣ ਕੀਤਾ ਸੀ ਤੇ ਇਸ ਕਰਕੇ ਉਸਦਾ ਜਿਹੜਾ ਕਤਲ ਕੀਤਾ ਗਿਆ ਤੇ ਇਹ ਪੁਤਲਾ ਸਾੜਿਆ ਜਾਂਦਾ ਹੈ ਉਸ ਤੇ ਬਾਅਦ ਹੁਣ ਅਸੀਂ ਜੇ ਇਹ ਦੇਖੀਏ ਕਿ ਹੁਣ ਜਿਹੜਾ ਨੇ ਸੈਂਕੜੇ ਹੀ ਹਜ਼ਾਰਾਂ ਹੀ ਬੱਚੀਆਂ ਉਹਨਾਂ ਦੇ ਨਾ ਸਿਰਫ ਅਪਹਰਣ ਤੱਕ ਕਹਾਣੀ ਖਤਮ ਕਰਕੇ ਉਹਨਾਂ ਦੇ ਗੈਂਗ ਰੇਪ ਕਰਕੇ ਉਹਨਾਂ ਦੇ ਖੂਨ ਦੇ ਨਾਲ ਹੱਥ ਧੋਏ ਤੇ ਨਾਲ ਹੀ ਇਸ ਤੋਂ ਇਲਾਵਾ ਬਹੁਤ ਸਾਰੇ ਹੋਰਨਾਂ ਨੂੰ ਖਤਮ ਕੀਤਾ ਉਹਨਾਂ ਸਾਰੇ ਜ਼ਾਲਮਾਂ ਨੂੰ ਤਾਂ ਕੋਈ ਸਜ਼ਾ ਨਹੀਂ ਪਰ ਇਹਨਾਂ ਕੁਝ ਇੱਕ ਵਿਅਕਤੀਆਂ ਨੂੰ ਉਮਰ ਭਰ ਦੀਆਂ ਕੈਦਾਂ ਜਾਂ ਫਾਂਸੀਆਂ ਦਿੱਤੀਆਂ ਗਈਆਂ ਨੇ ਜੀ ਜੀ ਇੱਕ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਤੇ ਦੂਸਰਾ ਇਸ ਨੂੰ ਰਾਜਨੀਤਿਕ ਪ੍ਰੋਪੋਗੰਡੇ ਦੇ ਵਿੱਚ ਰੱਖ ਕੇ ਦੇਖਿਆ ਜਾ ਰਿਹਾ ਉਹ ਉਸ ਤੋਂ ਵੀ ਮਾੜੀ ਗੱਲ ਹੈ ਜੀ ਹੁਣ ਜੇ ਜੇ ਫਾਂਸੀ ਦੇਣ ਦੀ ਗੱਲ ਹੈ ਤਾਂ ਫਿਰ ਕਤਲ ਤਾਂ ਰਾਵਣ ਦਾ ਵੀ ਕੀਤਾ ਉਸ ਵੇਲੇ ਸ਼੍ਰੀ ਰਾਮ ਨੇ ਤੇ ਜੇ ਅੱਜ ਅਸੀਂ ਇਹਨਾਂ ਨੂੰ ਫਾਂਸੀ ਜਿਹੜੇ ਸਿੰਘਾਂ ਨੂੰ ਫਾਂਸੀਆਂ ਦੇ ਰਹੇ ਹਾਂ ਤਾਂ ਫਿਰ ਉਸ ਸਮੇਂ ਵੀ ਤਾਂ ਇਹ ਕਤਲ ਹੋਇਆ ਸੀ ਉਸਨੂੰ ਅਸੀਂ ਜੇ ਜਾਇਜ਼ ਠਹਿਰਾਉਣੇ ਆ ਤਾਂ ਫਿਰ ਇਹ ਜ਼ਾਲਮ ਜਿਨ੍ਹਾਂ ਨੇ ਸੈਂਕੜੇ ਹਜ਼ਾਰਾਂ ਲੋਕ ਮਾਰੇ ਪੰਜਾਬ ਦੇ ਵਿੱਚ ਬੇਅੰਤ ਸਿੰਘ ਦੇ ਕਾਲ ਦੇ ਵਿੱਚ ਕਿੰਨੇ ਨੌਜਵਾਨਾਂ ਦੀਆਂ ਹੱਤਿਆਵਾਂ ਹੋਈਆਂ ਤੇ ਇਸੇ ਤਰੀਕੇ ਨਾਲ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜੋ ਨੁਕਸਾਨ ਪੰਜਾਬ ਦਾ ਹੋਇਆ ਦੇਸ਼ ਦੀ ਚਾਹੇ ਪ੍ਰਧਾਨ ਮੰਤਰੀ ਸੀ ਪੰਜਾਬ ਦਾ ਚਾਹੇ ਮੁੱਖ ਮੰਤਰੀ ਸੀ ਸੋ ਉਹਨਾਂ ਨੇ ਆਪਣੇ ਕੀਤੇ ਦੀ ਸਜ਼ਾ ਪਾਈ ਹੈ ਸੋ ਇਹਨਾਂ ਦੀਆਂ ਸਜ਼ਾਵਾਂ ਮਾਫ਼ ਕਰਨਾ ਕੋਈ ਐਸੀ ਗੱਲ ਨਹੀਂ ਹੈ ਕਿ ਬਹੁਤ ਵੱਡੀ ਜਿਹੜੀ ਮਾਫ਼ੀ ਦਾ ਆਧਾਰ ਬਣਾਇਆ ਇਹ ਬਿਲਕੁਲ ਇਹਨਾਂ ਨੂੰ ਬਰੀ ਕੀਤਾ ਜਾਣਾ ਬਣਦਾ ਜੀ ਡਾਕਟਰ ਮੈਂ ਇੱਕ ਗੱਲ ਤੁਹਾਡੇ ਕੋਲੋਂ ਜ਼ਰੂਰ ਪੁੱਛਣੀ ਸੀ ਕਿ ਅੱਜ ਸਰਕਾਰ ਨੇ ਸੂਚੀ ਭੇਜ ਦਿੱਤੀ ਹੈ
ਪਿਛਲੇ 10 ਸਾਲ ਪੰਥਕ ਸਰਕਾਰ ਰਹੀ ਹੈ ਔਰ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਰਹੀ ਹੈ। ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੇ ਵਿੱਚ ਸਰਕਾਰ ਦੇ ਵਿੱਚ ਵੱਡੀ ਭਾਈਵਾਲੀ ਜਿਹੜੀ ਹੈ ਉਹ ਅਕਾਲੀ ਦਲ ਦੀ ਰਹੀ ਹੈ। ਉਸ ਵੇਲੇ ਅਕਾਲੀ ਦਲ ਨੂੰ ਇਹ ਕਿਉਂ ਨਹੀਂ ਸੁੱਝਿਆ ਕਿ ਇਹ ਜਿਹੜੀਆਂ ਸਿਫਾਰਿਸ਼ਾਂ ਕਰਨੀਆਂ ਨੇ ਇਹਦੇ ਉੱਤੇ ਲੜਾਈ ਦੇਣੀ ਹੈ? ਅੱਜ ਮਤਲਬ ਗੁਰੂ ਨਾਨਕ ਦੇਵ ਜੀ ਦੇ 550ਵੇਂ ਦੇ ਉੱਤੇ ਚੀਚੀ ਨੂੰ ਖੂਨ ਲਾ ਕੇ ਸ਼ਹੀਦੀ ਦਾ ਜਾਮ ਸ਼ੋਅ ਕਰਨ ਵਾਲੇ ਇਹ ਲੋਕ ਜਿਹੜੇ ਨੇ ਇਹ ਕਿੱਧਰ ਨੂੰ ਜਾ ਰਹੇ ਨੇ, ਮੈਨੂੰ ਦੱਸੋ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਵੀ ਮੈਂ ਦੇਖਦਾ, ਇਹ ਜਿਸ ਤਰ੍ਹਾਂ ਕੇਂਦਰ ਦੀ ਜਿਹੜੀ ਸਰਕਾਰ ਹੈ ਉਸਨੇ ਆਉਂਦੇ ਸਮੇਂ ਕਿਹੜੀ ਖੇਡ ਖੇਡਣੀ ਹੈ ਇਹ ਸ਼ਾਇਦ ਉਸ ਦੀਆਂ ਭਾਈਵਾਲ ਜਮਾਤਾਂ ਨੂੰ ਵੀ ਚੇਤੇ ਨਾ ਹੋਵੇ। ਇਫਤਦਾਏ ਇਸ਼ਕ ਮੇ ਰੋਤਾ ਹੈ ਕਿਆ ਆਗੇ ਆਗੇ ਦੇਖੀਏ ਹੋਤਾ ਹੈ ਕਿਆ, ਹੁਣੇ ਥੋੜੇ ਚਿਰ ਦੇ ਵਿੱਚ ਹੀ ਪਤਾ ਲੱਗ ਜਾਣਾ, ਕਿਉਂਕਿ ਹਰਿਆਣਾ ਦੇ ਵਿੱਚ ਵੀ ਵੋਟਾਂ ਦੇ ਵਿੱਚ ਜੋ ਬੀਜੇਪੀ ਅਕਾਲੀ ਦਲ ਦਾ ਅਲਾਇੰਸ ਨਾ ਹੋਣਾ ਤੇ ਇੱਕ ਜਿਹੜਾ ਉਮੀਦਵਾਰ ਵੀ ਜਿਸ ਤਰੀਕੇ ਨਾਲ ਬੀਜੇਪੀ ਨੇ ਖੜਾ ਕਰਨਾ, ਉਹਨਾਂ ਦਾ ਸਾਬਕਾ ਵਿਧਾਇਕ ਵੀ, ਉਹ ਚੀਜ਼ ਉੱਥੋਂ ਸੰਕੇਤ ਮਿਲ ਰਹੇ ਨੇ। ਪੰਜਾਬ ਦੇ ਵਿੱਚ ਸੀਟਾਂ ਦੀ ਵੰਡ ਕਿਵੇਂ ਹੁੰਦੀ ਹੈ ਇਹ ਵੀ ਇੱਕ ਭੁਲੇਖਾ ਹੀ ਹੈ ਕਿ ਇਸ ਦਾ ਕ੍ਰੈਡਿਟ ਜਿਹੜਾ ਹੈ ਆਪਣੀ ਭਾਈਵਾਲ ਪਾਰਟੀ ਨੂੰ ਬੀਜੇਪੀ ਦੇਣਾ ਚਾਹੁੰਦੀ ਹੈ। ਐਂਡ ਆਫ ਦੀ ਡੇ ਇਹ ਹੋਣਾ ਕਿ ਕ੍ਰੈਡਿਟ ਉਹਨਾਂ ਨੇ ਆਪਣੇ ਗਲਬੇ 'ਚ ਹੀ ਲੈਣਾ ਤੇ ਇਹ ਗੱਲ ਨੂੰ ਇੱਕ ਰਾਜਨੀਤਿਕ ਤੌਰ ਤੇ ਇੱਕ ਮੋਹਰੇ ਦੇ ਤੌਰ ਤੇ ਵਰਤਣਾ। ਜਿਸ ਤਰੀਕੇ ਨਾਲ ਇਸ ਵੇਲੇ ਭਾਰਤ ਦੀ ਸਰਕਾਰ ਜਾਂ ਕੇਂਦਰੀ ਬੀਜੇਪੀ ਸਰਕਾਰ ਦਾ ਨੀਤੀ ਨਾਤਾ ਨੀਅਤ ਅਤੇ ਨੇਤਾ ਸਭ ਕੁਛ ਮਿਲ ਕੇ ਜੋ ਕਰ ਰਹੇ ਨੇ ਉਹ ਬਹੁਤ ਖਤਰਨਾਕ ਖੇਡ ਹੈ। ਜੇ ਸੂਬਾਈ ਪੱਧਰ ਤੇ ਜਿਹੜੀਆਂ ਪ੍ਰੋਵਿੰਸ ਦੀਆਂ ਪਾਰਟੀਆਂ ਨੇ, ਹਮੇਸ਼ਾ ਅਸੀਂ ਲੋਚਦੇ ਹਾਂ ਕਿ ਸੂਬੇ ਦੀਆਂ ਪਾਰਟੀਆਂ ਚਾਹੇ ਅੱਜ ਉਹਨਾਂ ਦੀ ਲੀਡਰਸ਼ਿਪ ਚੰਗੀ ਨਾ ਹੋਵੇ ਜਾਂ ਉਹਨਾਂ ਦੇ ਵਿੱਚ ਜੋ ਨਿਵਾਣ ਆਇਆ ਹੋਵੇ, ਪਰ ਸੂਬਾਈ ਪਾਰਟੀਆਂ ਜ਼ਰੂਰ ਰਹਿਣੀਆਂ ਚਾਹੀਦੀਆਂ ਪ੍ਰੋਵਿੰਸ਼ਲ ਲੈਵਲ ਤੇ। ਪਰ ਬੀਜੇਪੀ ਰਾਸ਼ਟਰੀ ਪਾਰਟੀ ਦਾ ਜਿਹੜਾ ਇੱਕ ਏਜੰਡਾ ਇਹ ਹੈ ਕਿ ਉਸ ਨੇ ਪਹਿਲਾਂ ਸੂਬਾਈ ਪਾਰਟੀਆਂ ਹੌਲੀ ਹੌਲੀ ਜਿਹੜੀਆਂ ਹੈ ਇਹ ਸਿਮੂਲੇਸ਼ਨ ਤੇ ਇਲੀਮੀਨੇਸ਼ਨ ਦੋ ਨੀਤੀਆਂ ਦੇ ਇੱਕੋ ਟਾਈਮ ਦੋ ਨੀਤੀਆਂ ਇੱਕੋ ਟਾਈਮ ਦੇ ਉੱਤੇ ਜੀ ਕੁਝ ਨੂੰ ਜਜ਼ਬ ਕੀਤਾ ਜਾ ਰਿਹਾ, ਬਾਅਦ ਚ ਉਸ ਤੋਂ ਬਾਅਦ ਇਲੀਮੀਨੇਟ ਕੀਤਾ ਜਾ ਰਿਹਾ। ਇਲੀਮੀਨੇਟ ਕਰਕੇ ਫਿਰ ਉਸ ਤੋਂ ਬਾਅਦ ਅਪੋਜੀਸ਼ਨ ਜਿਹੜੀ ਵੱਡੀ ਹੈ, ਕਾਂਗਰਸ ਜਿਹੜੀ ਨੈਸ਼ਨਲ ਪਾਰਟੀ ਹੈ, ਇੱਕ ਦਿਨ ਉਸ ਦਾ ਵੀ ਅੰਤ ਕਰਕੇ ਵਨ ਪਾਰਟੀ ਸਿਸਟਮ ਵੱਲ ਨੂੰ ਇਸ ਮੁਲਕ ਨੂੰ ਵਧਾਇਆ ਜਾ ਰਿਹਾ, ਜੋ ਜਿਸ ਨਤੀਜੇ ਤੇ ਜਾਏਗਾ ਉਹ ਸਮਾਂ ਦੱਸੇਗਾ। ਸੋ ਇਹ ਭੁਲੇਖਾ ਹੀ ਹੈ ਕਿ ਇਸ ਦਾ ਕ੍ਰੈਡਿਟ ਵੀ ਕੋਈ ਹੋਰ ਲੈ ਲਏਗਾ, ਇਹ ਉਹ ਕ੍ਰੈਡਿਟ ਵੀ ਉਹਨਾਂ ਨੇ ਆਪਣੇ ਹੱਥੋਂ ਜਾਣਾ। ਆਖਰੀ ਸਵਾਲ ਮੈਂ ਪੁੱਛਾਂਗਾ, ਵਿਦੇਸ਼ੀ ਲੋਕਾਂ ਨੇ ਵੀ ਬਹੁਤ ਵੱਡਾ ਸੰਘਰਸ਼ ਕੀਤਾ ਆਪਣੇ ਲੋਕਾਂ ਵਾਸਤੇ, ਅਖੀਰ ਦੇ ਉੱਤੇ ਮੈਂ ਸਮਝਾਂਗਾ ਕਿ ਉੱਥੇ ਦੇ ਲੋਕਾਂ ਦੇ ਮੂੰਹ ਦੇ ਉੱਤੇ ਤੇ ਨਿਰਾਸ਼ਾ ਦੀਆਂ ਚਪੇੜਾਂ ਪਈਆਂ, ਵਿਦੇਸ਼ੀ ਲੋਕਾਂ ਦੇ ਇੱਥੇ ਸੰਘਰਸ਼ ਕਰਨ ਦੇ ਬਾਵਜੂਦ ਵੀ ਵਿਦੇਸ਼ ਦੇ ਵਿੱਚ ਵਸਣ ਵਾਲੇ ਉਹਨਾਂ ਸਿੱਖਾਂ ਦੇ ਵੀ ਘੁੱਟ ਪਈ ਹੈ, ਉਹਨਾਂ ਦੀ ਮਾਨਸਿਕਤਾ ਝੰਜੋੜੀ ਗਈ ਹੈ, ਉਹਨਾਂ ਨਾਲ ਬਕਾਇਦਾ ਤੌਰ ਦੇ ਉੱਤੇ ਸਮੇਂ ਦੇ ਉੱਤੇ ਧੋਖੇ ਹੋਏ ਆ, ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਏ ਆ, ਇਹਦੇ ਉੱਤੇ ਕੀ ਕਹਿਣਾ ਚਾਹੋਗੇ? ਕੋਈ ਇਸ ਤਰ੍ਹਾਂ ਨਵੀਂ ਗੱਲ ਨਹੀਂ ਹੈ ਜੈਟ ਸਾਹਿਬ, ਜਿਹੜਾ ਮੈਂ ਸਮਝਾਂ ਕਿ ਪਹਿਲੇ ਦਿਨ ਤੋਂ ਹੀ ਸਿੱਖ ਦਾ ਜਿਹੜਾ ਸੰਘਰਸ਼ ਹੈ ਜੀਵਨ ਦਾ ਦੂਜਾ ਹਿੱਸਾ ਰਿਹਾ। ਰਾਜਨੀਤਿਕ ਤੌਰ ਤੇ ਜਿਹੜੇ ਪੋਲੀਟੀਕਲ ਲੋਕ ਨੇ ਉਹਨਾਂ ਨੇ ਹਮੇਸ਼ਾ ਮੌਕਾ ਪ੍ਰਸਤੀ ਦੀ ਖੇਡ ਖੇਡੀ ਹੈ, ਸਾਮ ਦਾਮ ਦੰਡ ਭੇਦ ਨੀਤੀ ਦੀ ਇਹ ਵੀ ਚੱਲ ਰਹੀ ਹੈ। ਸੋ ਹੁਣ ਫੇਰ ਜਿਹੜੇ ਇਸ ਦੇ ਵਿੱਚ ਸ਼ਿਕੰਜੇ ਦੇ ਵਿੱਚ ਅੜ ਜਾਣਾ ਜਾਂ ਇਸ ਦਾ ਸ਼ਿਕਾਰ ਹੋ ਜਾਣਾ, ਇਹ ਤੋਂ ਬਚਣਾ ਚਾਹੀਦਾ, ਸਾਨੂੰ ਜਾਗਰੂਕ ਹੋਣਾ ਚਾਹੀਦਾ। ਯਾਰਾਂ ਚੋਂ ਦੁਸ਼ਮਣਾਂ ਦੀ ਮਹਿਫਿਲ ਪਛਾਣੀਏ, ਅੱਜ ਕੌਣ ਹੈ ਸਾਡੇ ਮੁਕਾਬਲ ਪਛਾਣੀਏ, ਸਦਰਾਂ ਸਾਡੀਆਂ ਨੂੰ ਕਤਲ ਕੌਣ ਕਰ ਰਿਹਾ, ਹਰ ਭੇਸ ਵਿੱਚ ਛੁਪੇ ਹੋਏ ਕਾਤਲ ਪਛਾਣੀਏ, ਇਹ ਸਮੇਂ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਕਾਲਸ ਲਵਾਂਗੇ ਆਪਣੇ ਕਾਲਰਸ ਦੀਆਂ ਕਿ ਉਹਨਾਂ ਦੇ ਇਸ ਸਾਰੀ ਖੇਡ ਦੇ ਪਿੱਛੇ ਜਿਹੜੇ ਨੇ ਉਹ ਕੀ ਵਿਚਾਰ ਨੇ, ਔਰ ਨਾਲ ਦੀ ਨਾਲ ਉਹ ਅਲਜਵਰਾ ਕਿ 1978 ਤੋਂ ਲੈ ਕੇ 2020 ਤੱਕ 40 ਸਾਲਾਂ ਦੇ ਉਸ ਇਤਿਹਾਸ ਦੇ ਵਿੱਚ ਅਸੀਂ ਕੀ ਖੱਟਿਆ, ਕੀ ਗਵਾਇਆ, ਕੌਮ ਦੇ ਪੱਲੇ ਕੀ ਪਿਆ, ਅੱਜ ਵਿਦੇਸ਼ਾਂ ਦੇ ਵਿੱਚ ਵੀ ਕੀ ਪੈ ਰਿਹਾ, ਪੰਜਾਬ ਦੀ ਧਰਤੀ ਦੇ ਉੱਤੇ ਵੀ ਕੀ ਪਿਆ, ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਸ਼ੁਕਰੀਆ ਤੇ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਸਕਰੀਨ ਦੇ ਉੱਤੇ ਆ ਰਹੇ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰਕੇ ਅੱਜ ਦੇ ਇਸ ਬਹੁਤ ਖਾਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਦੇ ਸਕਦੇ ਹੋ। ਕਾਲ ਕਰ ਸਕਦੇ ਹੋ 7187865222, 7185022 ਦੇ ਉੱਤੇ, ਈਮੇਲ ਵੀ riyad@justbroadcasting.com ਔਰ info@justbroadcasting.com ਦੇ ਉੱਤੇ ਈਮੇਲ ਵੀ ਕਰ ਸਕਦੇ ਹੋ। ਟਵਿੱਟਰ ਔਰ ਫੇਸਬੁੱਕ ਦੇ ਉੱਤੇ ਵੀ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ। ਪ੍ਰੋਗਰਾਮ ਨੂੰ ਜਾਰੀ ਰੱਖਾਂਗੇ ਇਸੇ ਤਰ੍ਹਾਂ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਆ ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਕਾਲ ਕਰ ਸਕਦੇ ਹੋ 7187867522 ਦੇ ਉੱਤੇ ਕਰੀਏ ਤੁਹਾਡੇ ਨਾਲ ਵਿਚਾਰਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਯਾਰ ਸਾਹਿਬ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਯਾਰ ਸਾਹਿਬ ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਹੁਣ ਉੱਪਰੋਂ ਥੋੜ੍ਹੀ ਰਾਜਿਆਂ ਵਾਲਾ ਜਾਂ ਆਪਣੀ ਉਮਰ ਕੈਦ ਵਾਲਾ ਚਾਹੇ ਆਹ ਆਪਣੇ ਜਿਹੜੇ ਕੈਦੀਆਂ ਨੂੰ ਰਿਹਾਅ ਕਰਨਾ ਚਾਹੇ ਆਹ ਪਾਸਪੋਰਟਾਂ ਵਾਲਾ ਇੱਕੋ ਇੱਕ ਸੰਦਰਭ ਹੈ ਇਹਨਾਂ ਦਾ ਵੀ ਪੰਜਾਬ ਦੇ ਵਿੱਚ ਹੀ ਜਿਹੜੀ ਹਿੰਦੂਤਵ ਇੱਕੋ ਪਾਰਟੀ ਲਿਆਉਣ ਦਾ ਮਕਸਦ ਹੈ ਇਹਨਾਂ ਦਾ ਇੱਕੋ ਵੋਟਾਂ ਨੂੰ ਵੀ ਇੱਕ ਸਖ ਤੇਰਾ ਭਾਣ ਦੇ ਵੀ ਯਾਰ ਸਾਹਿਬ ਤੇ ਦੂਜੇ ਚ ਇਹਦੇ ਚ ਮਿੰਨਤਾਂ ਕਰ ਲਏ ਸੁਖਬੀਰ ਬਾਦਲ ਵੀ ਕਰਦਾ ਦਿਸਦਾ ਆਪਾਂ ਨੂੰ ਵੀ ਉਹ ਕਿਵੇਂ ਰਾਜੂ ਵਾਲੇ ਤੋਂ ਵੀ ਬਿਆਨ ਦਿਉਂਦਾ ਵੀ ਅਕਾਲੀਆਂ ਦੀ ਅਸੀਂ ਤਾਂ ਮਦਦ ਕਰਾਂਗੇ ਰਾਈਟ ਹਾਂ ਉਹ ਤਾਂ ਪਹਿਲਾਂ ਹੀ ਉਹਨੂੰ ਕਹਿੰਦੇ ਸੀ ਅਸੀਂ ਅਕਾਲ ਤਖਤ ਦਾ ਜਥੇਦਾਰ ਬਣਾਉਣਾ ਜੀ ਹਾਂਜੀ ਫਿਰ ਯਾਰ ਸਾਹਿਬ ਸਭ ਤੋਂ ਦੁੱਖ ਦੀ ਗੱਲ ਜਿਹੜੀ ਇਸ ਨਾਲ ਰੰਗੇ ਚ ਆਈ ਆ ਮੈਂ ਕਹੂੰਗਾ ਬਿੱਟੂ ਜਿਹੜਾ ਰਣਜੀਤ ਬਿੱਟੂ ਤੇ ਇੱਕ ਮਨਜਿੰਦਰ ਬਿੱਟਾ ਇਹ ਦੋਨੇ ਕਿਉਂ ਵੱਧ ਚੀਕਦੇ ਆ ਇਹ ਕਹਿੰਦਾ ਅਸੀਂ ਦਾਦਾ ਗੁਆ ਲਿਆ ਅਸੀਂ ਤਾਂ ਸਾਰਾ ਕਰ ਲਿਆ ਹੁਣ ਇਹਨਾਂ ਨੂੰ ਕਿਉਂ ਡਰ ਲੱਗਦਾ ਸਤੰਦਰੋ ਬਿੱਟੂ ਤਾਂ ਦਾਦਾ ਗੁਆ ਲਿਆ ਜਿਹੜੇ ਜਿਹੜੇ 25,000 ਲਾਸ਼ਾਂ ਤੇ ਤੁਹਾਡੇ ਦਾਦੇ ਤੁਸੀਂ ਦਾਦਾ ਗੁਆ ਕੇ ਦੋ ਵਾਰੀ MP ਬਣ ਗਿਆ ਭਰਾ MLA ਬਣ ਗਿਆ ਇੱਕ DSP ਲਵਾ ਦਿੱਤਾ ਕਿੱਡਾ ਪਰਿਵਾਰ ਭੁੱਖਾ ਮਰਦਾ ਹਾਂਜੀ ਤੇ ਵਾਧੂ ਇੱਕ ਦੂਜੇ ਫਿਰ ਕੁੜੀਆਂ ਨੂੰ ਵੀ ਛੇੜਦੇ ਨਾਲ ਤੇ ਫਿਰ ਇਹਨਾਂ ਨੂੰ ਪੁੱਛਣਾ ਤੇ ਖਾਲੜਾ ਜੀ ਨੂੰ ਵੀ ਤੁਸੀਂ ਤਾਂ ਕਹਦਾ ਸੀ ਉਹ ਪਰਿਵਾਰ ਨਹੀਂ ਸੀ ਉਹਨਾਂ ਨੇ ਪਰਿਵਾਰ ਨਹੀਂ ਗੁਆਏ ਪਤੰਦਰਾ ਇਹ ਸਾਰੀ ਸਾਰੀ ਇਹ ਸਿਆਸੀ ਵੋਟਾਂ ਲੈਣ ਦਾ ਰਿਆੜ ਸਾਹਿਬ ਹੈਗਾ ਸਾਰੀਆਂ ਪਾਰਟੀਆਂ ਮਤਲਬ ਦਾਦੇ ਵੇਲੇ ਕੇਤੀਆ ਕਾਂਡ ਵਾਲਾ ਹੁਣ ਖੰਨੇ ਤੋਂ ਵਿਧਾਇਕ ਬਣਿਆ ਹੋਇਆ ਹਾਂ ਬਖਰੀ ਤੋਂ ਵਿਧਾਇਕ ਬਣਿਆ ਹੋਇਆ ਰਾਈਟ ਅਜੇ ਤੁਹਾਨੂੰ ਕਮੀ ਆ ਜੀ ਤੁਸੀਂ ਅਜੇ ਪਤਾ ਨਹੀਂ ਉਹ ਉਸ ਦਾ ਕਿੰਨਾ ਕੁ ਮੁੱਲ ਪਾਉਣਾ ਚਾਹੁੰਦੇ ਆ ਜੀ ਇਹ ਲੋਕਾਂ ਦਾ ਰਿਆੜ ਸਾਹਿਬ ਤਰਾਸਦੀ ਆ ਜੀ ਸਾਰੀਆਂ ਪਾਰਟੀਆਂ ਰਿਆੜ ਸਾਹਿਬ ਪੰਜਾਬ ਨੂੰ ਇਹਨਾਂ ਨਾਲ ਕੋਈ ਸਰੋਕਾਰ ਨਹੀਂ ਕਿਸੇ ਨੂੰ ਕੈਦੀਆਂ ਨਾਲ ਨਹੀਂ ਕਿਸੇ ਨੂੰ ਲੋਕਾਂ ਨਾਲ ਨਹੀਂ ਇਹਨਾਂ ਨਾਲ ਤਾਂ ਆਪਦੇ ਘਰ ਭਰਨੇ ਚਾਹੀਦੇ ਆ ਆਪਦੀ ਸਿਆਸਤ ਉੱਲੂ ਸਿੱਧਾ ਇਹਨਾਂ ਨੇ ਸਿਆਸੀ ਤੌਰ ਤੇ ਜਿਵੇਂ ਤੁਸੀਂ ਕਹਿੰਦੇ ਸਿਆਸੀ ਨੌਸਰਾ ਇਹਨਾਂ ਨੇ ਗੱਡਣੀਆਂ ਤੇ ਇਹ ਲੋਕਾਂ 'ਚ ਗੱਡੀ ਜਾਣੀਆਂ ਮਿਹਰਬਾਨੀ 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 ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਰਾਜ ਸਾਹਿਬ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਮੈਂ ਥੋੜੀ ਸਾਰੀ ਗੱਲ ਸੁਣੀ ਹੈ ਜੀ ਤੁਸੀਂ ਗੱਲ ਕੀਤੀ ਹੈ ਸਿੱਖਾਂ ਦੀ ਮੈਂ ਇੱਥੋਂ ਸ਼ੁਰੂ ਕਰੂੰਗਾ ਵੀ ਸਿੱਖ ਕਿਹੜੇ ਸਿੱਖ ਦੀ ਗੱਲ ਕਰਦੇ ਆ ਸਿੱਖ ਮੈਂ ਤਾਂ ਇਹ ਕਹਿੰਦਾ ਵੀ ਸਿੱਖ ਸਿੱਖੇ ਨਹੀਂ ਬਣਿਆ ਹਾਂਜੀ ਇੱਕ ਸਿੱਖ ਦਾ ਮਤਲਬ ਕਿਹਾ ਸੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਚਲਾਇਆ ਸਿੱਖਣ ਵਾਲਾ ਜਿਹਨੂੰ ਕਹਿੰਦੇ ਸਿਖਿਆਰਥੀ ਇੰਗਲਿਸ਼ ਚ ਕਹਿੰਦੇ ਸਟੂਡੈਂਟ ਉਹ ਜਿਹੜਾ ਸਟੂਡੈਂਟ ਸਕੂਲ ਜਾਂਦਾ ਹੈ ਜੀ ਤੁਸੀਂ ਵੀ ਉਸ ਟਾਈਮ ਚ ਪੜ੍ਹਿਆ ਮੈਂ ਵੀ ਪੜ੍ਹਿਆ ਜਦੋਂ ਆਪਾਂ ਪੜ੍ਹਦੇ ਸੀ ਉਨੀ ਰਿਵਾਜ ਸੜਕਾਂ ਦੇ ਕੰਢੇ ਮਜਵੇ ਲੱਗਦੇ ਹੁੰਦੇ ਸੀ ਇੱਕ ਬੱਚਾ ਪਾਇਆ ਕੱਪੜਾ ਦੇ ਕੇ ਉਹ ਕਹਿੰਦਾ ਹਾਂ ਜਿਹਨੇ ਬੋਲ ਉਹ ਜਵਾਬ ਦਿੰਦਾ ਸੀ ਮੈਂ ਆਪਣੇ ਅੱਖੀ ਦੇਖਿਆ ਕੁਝ ਸਟੂਡੈਂਟ ਜੀ ਉਹ ਮਜਵੇ ਚ ਇੰਨੇ ਖੋ ਜਾਂਦੇ ਸੀਗੇ ਉਹ ਸਕੂਲ ਜਾਣਾ ਭੁੱਲ ਜਾਂਦੇ ਸੀ ਇੱਕ ਦਿਨ ਨੀ ਕਦੇ ਮੇਲਾ ਕਦੇ ਉਹ ਮਜਮਾ ਕਦੇ ਕੁਛ ਉਹ ਗਿਆ ਹੀ ਨੀ ਉਹ ਫੇਲ ਹੋ ਗਿਆ ਤੇ ਉਹਦਾ ਬਾਪੂ ਜਾਂਦਾ ਸਕੂਲ ਉਹ ਕਹਿੰਦਾ ਜੀ ਮੇਰਾ ਬੱਚਾ ਫੇਲ ਕਿਉਂ ਹੋ ਗਿਆ ਕਹਿੰਦਾ ਨਾ ਕੀ ਆ ਕਹਿੰਦਾ ਜੀ ਇਹ ਨਾ ਹੈ ਕਹਿੰਦਾ ਇਹਦਾ ਕਦੇ ਸਕੂਲੇ ਦੀ ਆਇਆ ਜੀ ਜਿਹੜਾ ਸਿੱਖ ਜੀ ਜਿਹੜਾ ਸਿੱਖ ਦੁਸਹਿਰੇ ਤੇ ਦੀਵਾਲੀ ਦੇ ਮਜਮਿਆਂ ਵਿੱਚ ਗੁਆਚ ਗਿਆ ਉਹ ਸਿੱਖ ਕਿੱਥੇ ਰਹਿ ਗਿਆ ਜੀ ਉਹ ਤਾਂ ਸਿੱਖਣ ਵੱਲ ਨੂੰ ਤਾਂ ਗਿਆ ਹੀ ਨੀ ਹੈ ਬੜੀ ਹੈਰਾਨੀ ਹੁੰਦੀ ਹੈ ਜੀ ਵੀ ਹਰਿਮੰਦਰ ਸਾਹਿਬ ਦੇ ਵਿੱਚ ਦੀਵਾਲੀ ਮਨਾਉਂਦੇ ਆ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਇਹ ਕਿਹੜੀ ਸਿੱਖੀ ਹੈ ਜੀ ਇਹ ਤਾਂ ਸਾਡਾ ਤਿਉਹਾਰ ਹੀ ਨਹੀਂ ਹੈ ਜੀ ਨਾ ਦੁਸਹਿਰਾ ਸਾਡਾ ਤਿਉਹਾਰ ਹੈ ਨਾ ਦੀਵਾਲੀ ਸਾਡਾ ਤਿਉਹਾਰ ਹੈ ਮੈਨੂੰ ਇੱਥੇ ਆਏ ਨੂੰ ਥੋੜੀ ਦੇਰ ਹੋਈ ਹੈ ਇੰਡੀਆ ਵਿੱਚ ਮਨਾਉਣੇ ਛੱਡਦੇ ਜੀ ਮੇਰਾ ਦੋਸਤ ਕਹਿੰਦਾ ਵੀ ਮਾਂ ਵੀ ਦੀਵਾਲੀ ਨੀ ਮਨਾਉਣੀ ਕਹਿੰਦਾ ਜੀ ਦੀਵਾਲੀ ਮਾਂ ਬੰਦੀ ਛੋੜ ਨੀ ਮਨਾਉਂਦੇ ਹੈ ਉਹ ਕਹਿੰਦਾ ਜੀ ਮਨਾਉਂਦੇ ਆ ਮੈਂ ਕਿਹਾ ਮੈਨੂੰ ਤਾਂ ਅੱਜ ਤੱਕ ਹਰ ਕਦੇ ਵਧਾਈ ਦੀਵਾਲੀ ਦੀ ਦਿੱਤੀ ਹੈ ਡੱਬਾ ਦੀਵਾਲੀ ਦਾ ਦਿੱਤਾ ਮੈਂ ਤੂੰ ਵੀ ਏਦਾਂ ਹੀ ਕੀਤਾ ਕਦੇ ਬੰਦੀ ਛੋੜ ਦੀ ਵਧਾਈ ਦਿੱਤੀ ਹੈ ਮੈਂ ਕਹਿੰਦਾ ਵੀ ਇਹ ਸਾਡੇ ਸ਼੍ਰੋਮਣੀ ਕਮੇਟੀ ਵਾਲੇ ਤੇ ਨਲਾਇਕੀ ਹੈ ਉਹ ਅਸੀਂ ਮਨਾ ਲਓ ਦੀਵਾਲੀ ਲੇਕਿਨ ਸਾਡਾ ਬੰਦੀ ਛੋੜ ਵੱਖਰਾ ਹੋਵੇ ਲੋਕਾਂ ਨੂੰ ਪਤਾ ਲੱਗੇ ਵੀ ਅੱਜ ਬੰਦੀ ਛੋੜ ਮਨਾ ਰਹੇ ਹਾਂ ਤਾਂ ਕਿ ਐਵੇਂ ਪੋਲਿਊਸ਼ਨ ਆਤਿਸ਼ਬਾਜ਼ੀ ਦੇਖੋ ਲੱਖਾਂ ਦੀ ਤੁਸੀਂ ਉਹ ਆਤਿਸ਼ਬਾਜ਼ੀ ਚਲਾ ਰਹੇ ਆ ਜੀ ਮੇਰੇ ਬੱਚੇ ਰਿਆੜ ਸਾਹਿਬ ਉਦੋਂ 8-10 ਸਾਲ ਦੇ ਸੀਗੇ ਜੀ ਜਦੋਂ ਮੈਂ ਇਹਨੂੰ ਕਹਿੰਦੇ ਪਟਾਕੇ ਲਿਆਉਣੇ ਆ ਮਹਾਂ ਬੇਟੇ ਆ ਫੜ 100 ਰੁਪਈਆ ਪਹਿਲਾਂ ਇਹਨਾਂ ਨੂੰ ਅੱਗ ਲਗਾ ਦੇ ਕਹਿੰਦਾ ਡੈਡੀ ਪੈਸਿਆਂ ਨੂੰ ਅੱਗ ਕਿਉਂ ਲਗਾਉਣੀ ਆ ਮੈਂ ਪਟਾਕੇ ਲਿਆ ਕੇ ਵੀ ਤਾਂ ਬੇਟੇ ਅੱਗੇ ਲਗਾਉਣੀ ਆ ਗੱਲ ਤਾਂ ਇੱਕੋ ਹੀ ਆ ਥੋੜਾ ਫਿਲਾਸਫੀ ਵਾਲਾ ਥੈਂਕ ਯੂ ਤੁਹਾਡਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਹੈਲੋ 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 ਜੀ ਹੈਲੋ ਰਿਆੜ ਸਾਹਿਬ ਸਤਿ ਸ਼੍ਰੀ ਅਕਾਲ ਹਾਂਜੀ ਰਿਆੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹਾਂਜੀ ਬਹੁਤ ਤੁਹਾਡੀ ਸੋਚ ਨੂੰ ਬਹੁਤ ਬਹੁਤ ਸਲਾਮ ਤੁਸੀਂ ਬੜਾ
ਗੰਭੀਰਤਾ ਨਾਲ ਸਾਰੇ ਨੂੰ ਐਨਲਾਈਜ਼ ਕੀਤਾ। ਥੈਂਕ ਯੂ ਸਰ, ਥੈਂਕ ਯੂ। ਮੈਨੂੰ ਤਾਂ ਬੜਾ ਥੋੜ੍ਹੀ ਜਿਹੀ ਮਯੂਸੀ ਆਉਂਦੀ ਹੈ ਸਾਰਾ ਇਹਨੂੰ ਸੋਚ ਕੇ ਵੀ ਕੀ ਹੋ ਰਿਹਾ। ਜੀ ਜੀ ਜੀ। ਤੁਸੀਂ ਸਿਆਣੇ ਆ, ਕੋਈ ਹੋਰ ਤੁਹਾਡੇ ਨਾਲ ਕੋਈ ਜਿਸ ਤਰ੍ਹਾਂ ਦੀ ਸਲਾਹਕਾਰ ਹੋਣ, ਕੋਈ ਕੋਈ ਅੱਛਾ ਜਿਹੜਾ ਕਿ ਉੱਥੇ ਲੀਡਰ ਜਿਹੜਾ ਕਿ ਮਤਲਬ ਪੰਜਾਬ ਲਈ ਸੰਸੀਰ ਹੋਵੇ, ਸੈਕਰੀਫਾਈਸ ਕਰਨ ਵਾਲਾ ਹੋਵੇ। ਡਾਕਟਰ ਸਾਹਿਬ, ਡਾਕਟਰ ਸਾਹਿਬ ਪਾਰਟੀਆਂ ਦੇ ਲੀਡਰ ਬਣੇ, ਡਾਕਟਰ ਸਾਹਿਬ ਪਾਰਟੀਆਂ ਦੇ ਲੀਡਰ ਬਣੇ, ਅਕਾਲੀਆਂ ਦੇ ਲੀਡਰ ਬਣ ਗਏ, ਕਾਂਗਰਸੀਆਂ ਦੇ ਬਣ ਗਏ, ਬਸਪਾ ਦੇ ਬਣ ਗਏ, ਲੋਕਾਂ ਦਾ ਲੀਡਰ ਕੋਈ ਨਹੀਂ ਬਣਿਆ। ਸਾਰੇ ਬੰਦੇ ਪ੍ਰਮੋਟ ਕਰਨ, ਉਹਦੀ ਹੈਲਪ ਕਰਨ, ਬਾਕੀ ਤਾਂ ਸਾਰੇ ਮੈਨੂੰ ਲੱਗਦਾ ਸਾਰਾ ਕੂੜ ਹੀ ਲੱਗਦਾ ਕੁਛ। ਹੁਣ ਤਾਂ ਡਾਕਟਰ ਸਾਹਿਬ ਧੋਖਿਆਂ ਦੇ ਪੰਜਾਬੀ ਵਿਦੇਸ਼ ਦੇ ਵਿੱਚ ਵਸਣ ਵਾਲੇ ਵੀ ਇੰਨੇ ਕੁ ਰੂਬਰੂ ਹੋ ਗਏ ਸਾਰੇ ਪਾਸਿਆਂ ਤੋਂ, ਉਹਨਾਂ ਉਹਨਾਂ ਦਾ ਵਿਸ਼ਵਾਸ ਕਰਨਾ ਕਿਸੇ ਦੇ ਉੱਤੇ ਵੀ ਪੁੱਗਦਾ ਨਹੀਂ ਵੀ ਕਿਹਦੇ ਉੱਤੇ ਵਿਸ਼ਵਾਸ ਕਰੀਏ। ਬਿਲਕੁਲ ਹਾਂ, ਨਹੀਂ ਕੋਈ ਕੋਈ ਮਤਲਬ ਫਿਊਚਰ ਲੱਗਦਾ ਕੋਈ, ਆਈ ਹੋਪ ਪਰਮਾਤਮਾ ਕੁਛ ਕੋਈ ਸੰਸੀਅਰ ਲੀਡਰ ਆਵੇ ਜਿਹੜਾ ਕਿ ਲੋਕਾਂ ਨੂੰ ਗਾਈਡ ਕਰ ਸਕੇ ਔਰ ਪੰਜਾਬ ਦੇ ਨਾਲ ਪਿਆਰ ਕਰਨ ਵਾਲਾ ਹੋਵੇ। ਡਾਕਟਰ ਸਾਹਿਬ ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਹੈਲੋ ਹੈਲੋ। ਹਾਂਜੀ ਰਿਆਸਤ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਮੈਂ ਦਵਿੰਦਰ ਸਿੰਘ ਬੋਲ ਰਿਹਾ। ਹਾਂਜੀ ਭਾਈ ਸਾਹਿਬ ਜੀ, ਭਾਈ ਖਾਲਸਾ ਫਤਿਹ ਜੀ। ਹਾਂਜੀ, ਅੱਜ ਦਾ ਤੁਹਾਡਾ ਮੁੱਦਾ ਦੇ ਵਿੱਚ ਤੁਸੀਂ ਸਾਰਾ ਕੁਝ ਕਲੀਅਰ ਕਰਤਾ। 40 ਸਾਲ ਤੋਂ ਜੋ ਹਿਸਾਬ ਕਿਤਾਬ ਆਪਣਾ ਬਿਲਕੁਲ ਸਹੀ ਸੀ, ਸਾਰਿਆਂ ਪਾਸਿਆਂ ਦਾ ਹਿਸਾਬ ਕਿਤਾਬ ਮੈਨੂੰ ਸਹੀ ਲੱਗਦਾ, ਬਾਕੀ ਤੁਸੀਂ ਦੱਸ ਸਕਦੇ ਹੋ ਤੁਸੀਂ ਸਿਆਣੇ ਹੋ। ਨਹੀਂ ਜੀ ਬਿਲਕੁਲ, ਤੁਸੀਂ ਕੀਤਾ, ਚਾਹੇ ਇੱਥੇ ਜਿਹੜੇ ਕਰਮਦਾਰੀ ਕਹਾਉਂਦੇ ਨੇ ਤੇ ਜਾਂ ਫਿਰ ਇੰਡੀਆ ਚ ਨੇ ਕੋਈ ਨੀ, ਉਹ ਸਾਰੇ ਬਿਲਕੁਲ ਇੱਕੋ ਜਿਹੇ ਹੈਗੇ ਨੇ। ਉਹਨਾਂ ਦੇ ਵਿੱਚ ਨਾ ਕੋਈ ਨਿੰਦਣ ਵਾਲਾ, ਨਾ ਕੋਈ ਸਰਾਉਣ ਵਾਲਾ, ਕੌਮ ਨੂੰ ਧੋਖਾ ਦੇਈ ਜਾਂਦੇ ਨੇ। ਤੇ ਜਿਵੇਂ ਆਪਾਂ ਅੱਗੇ ਵੀ ਕਿਹਾ, ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਕੀਤੀ ਸੀ ਬਈ ਇੱਥੇ ਤਕਰੀਬਨ ਕੋਈ 1 ਲੱਖ ਤੋਂ ਉੱਪਰ ਸਿੱਖ ਭੈਣ ਭਰਾ ਰਹਿੰਦਾ ਜਿਹੜਾ ਪੋਲੀਟੀਕਲ ਸਟੇ ਵਾਲਿਆਂ ਦੇ ਥਰੂ ਆਇਆ ਵਾ। ਇੱਕ ਆਇਆ, ਉਹਦੇ ਨਾਲ ਪਿੱਛੇ 4-6-8 ਬੱਚੇ ਦੂਜੇ ਤੀਜੇ ਪਾ ਕੇ 1 ਲੱਖ ਤੋਂ ਉੱਪਰ ਗਿਣਤੀ ਜਾਂਦੀ ਆ। ਉਹ ਸਾਰੇ ਆਪਣੇ ਘਰੇ ਬੈਠੇ ਨੇ ਕਿਉਂਕਿ ਉਹਨਾਂ ਨੇ ਬਿਲਕੁਲ ਜਿਵੇਂ ਤੁਹਾਡੇ ਇੱਕ ਟੂ ਦੀ ਪੁਆਇੰਟ ਤੇ ਵੀ ਆ ਰਿਹਾ ਸੀ ਵੀ ਚਿੱਠੀਆਂ ਵੇਚ ਵੇਚ ਕੇ ਪੈਸੇ ਕਮਾਉਣ ਵਾਲਿਆਂ ਨੇ ਪੈਸੇ ਕਮਾਏ ਨੇ। ਤੇ ਹੁਣ ਇਸ ਕਰਕੇ ਜਿਹੜੇ ਅੱਜ ਆਪਾਂ ਬੰਦੀ, ਚੰਗੀ ਗੱਲ ਆ ਰਿਹਾਈ ਕਰ ਦਿੱਤੀ ਆ, ਪਰ ਸਾਰੇ ਟੋਟਲ ਕਿਉਂ ਨੀ ਕਰਦੇ? ਆ ਉਹੀ ਗੱਲ ਹੈ ਨਾ, ਮਤਲਬ ਇੱਕ ਮੂੰਹ ਜਿਹਾ ਪੂੰਝ ਦਿੱਤਾ ਅੱਠਾਂ ਵਾਲਾ ਕਰਕੇ। ਹਾਂਜੀ ਹਾਂ, ਵੀ ਸਾਰੇ ਦੇ ਸਾਰੇ ਉਹਨਾਂ ਨੂੰ ਰਿਹਾਈ ਕਰੋ। ਤੇ ਜਿਹੜੇ ਅੱਜ ਆ ਜਿਹੜਾ ਨਵਾਂ ਜੱਗੀ ਜੌਲ ਜਿਹੜਾ ਇੰਗਲੈਂਡ ਤੋਂ ਮੁੰਡਾ ਫੜਿਆ, ਉਹਨੂੰ ਕਿਉਂ ਨੀ ਰਿਹਾ ਕਰਦੇ? ਰਾਈਟ 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 ਰਾਈਟ। ਇਸ ਕਰਕੇ ਇਹ ਜਿਹੜੀ ਗੱਲ ਹੈਗੀ ਆ, ਇਹ ਸਿੱਖਾਂ ਨੂੰ ਬੇਵਕੂਫ ਬਣਾਉਣ ਵਾਲੀ ਆ। ਬੀਜੇਪੀ ਸਿੱਖਾਂ ਦੇ ਵਿੱਚ ਵੜ ਕੇ ਸਿੱਧਾ 2022 ਦੇ ਵਿੱਚ ਸਿੱਧਾ ਆਪਣਾ ਚੀਫ ਮਿਨਿਸਟਰ ਲਾਉਣਾ ਚਾਹੁੰਦੀ ਆ। ਸਾਨੂੰ ਸਮਝ ਪਤਾ ਨੀ ਕਦੋਂ ਲੱਗਣੀ ਆ ਜਾਂ ਨਹੀਂ ਵੀ ਲੱਗਣੀ। ਸੋ ਇਸ ਕਰਕੇ ਕੁੱਲ ਮਿਲਾ ਕੇ ਇਹ ਜਿਹੜੇ ਹੈਗੇ ਨੇ ਸਾਰੀਆਂ ਦੀਆਂ ਸਾਰੀਆਂ, ਇੱਥੇ ਜਦੋਂ ਵਾਸ਼ਿੰਗਟਨ DC ਤੁਸੀਂ 31 ਅਗਸਤ ਨੂੰ ਆਏ ਸੀ ਗੁਰਪੁਰਬ ਮਨਾਇਆ, ਜੀ 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 ਜੀ, ਉਸ ਵੇਲੇ ਵੀ ਗਰਮ ਦਲੀਏ ਤੇ ਐਮਬੈਸੀ ਸਪੋਰਟਰ ਸਾਰਿਆਂ ਨੇ ਆਪੋ ਆਪਣਾ ਪੂਰਾ ਈਵਨ ਜਿਹੜੀਆਂ ਜਥੇਬੰਦੀਆਂ ਪੈਸੇ ਵੀ ਇਕੱਠੇ ਕਰਦੀਆਂ ਜਿਹਨਾਂ ਬਈ ਅਸੀਂ ਲੋਕ ਭਲਾਈ ਦੇ ਕੰਮ ਕਰਦੇ ਹਾਂ, ਉਹ ਸਾਰੀਆਂ ਕਲੀਅਰ ਹੋ ਗਈਆਂ ਵੀ ਉਹ ਕਿੱਥੇ ਖੜੀਆਂ, ਉਹ ਕਿੱਥੇ ਸਟੈਂਡ ਕਰਦੇ, ਕਿੱਥੇ ਸਟੈਂਡ ਕਰਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ, ਬੜਾ ਧੰਨਵਾਦ ਜੀ ਤੁਹਾਡਾ। ਦਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਦੋਸਤੋ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ, ਇਸੇ ਤਰ੍ਹਾਂ ਤੁਸੀਂ ਕਾਲ ਕਰ ਸਕਦੇ ਹੋ 718-7186-5222-7182 ਪੰਜਾਬ 2 ਦੇ ਉੱਤੇ, ਔਰ ਈਮੇਲ ਵੀ riyad@justbroadcasting.com ਔਰ info@justbroadcasting.com ਦੇ ਉੱਤੇ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ ਮੁੜ ਹਾਜ਼ਰ ਹੋਇਆ ਤੁਹਾਡੀ ਖਿਦਮਤ ਦੇ ਵਿੱਚ, ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਕਰੀਏ ਤੁਹਾਡੇ ਨਾਲ ਵਿਚਾਰਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਰਿਆੜ ਸਾਹਿਬ ਬੋਲ ਰਿਹਾ। ਮੈਂ ਹਰਵਿੰਦਰ ਰਿਆੜ ਬੋਲ ਰਿਹਾ, ਆਪ ਕੌਣ ਸਾਹਿਬ ਬੋਲ ਰਹੇ ਜੀ? ਹਾਂਜੀ, ਮੈਂ ਮਨਜਿੰਦਰ ਬੋਲ ਰਿਹਾ, ਵਰਜੀਨੀਆ ਤੋਂ। ਹਾਂਜੀ ਹਾਂਜੀ, ਮਨਜਿੰਦਰ ਜੀ ਕੀ ਕਹੋਗੇ? ਰਿਆੜ ਸਾਹਿਬ, ਇਹ BJP ਦੀ ਨੀਤੀ ਹੈ ਜੀ, ਅਗਰ ਕੋਈ ਕੌਮ ਸ਼ਸਤਰ ਨਾਲ ਨਹੀਂ ਨਾ ਮਾਰਦੀ, ਸ਼ਾਸਤਰ ਸੇ ਮਾਰੋ ਉਸਕੋ। ਤੇ ਇਹ ਵਧੋ ਵਧੀ ਆਪਣਾ ਆਪਣੇ ਵਿੱਚ ਵਿੱਚ ਡੋਲਣ ਡਿਆ ਤੇ ਇਹਨਾਂ ਨੇ ਰਾਜ ਕਰ ਲੈਣਾ। ਸ਼ਸਤਰ ਸੇ ਨਹੀਂ, ਸ਼ਾਸਤਰ ਸੇ ਮਾਰੋ। ਦੈਟਸ ਇਟ। ਥੈਂਕ ਯੂ, ਥੈਂਕ ਯੂ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂ ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ ਹੈ ਜੀ? ਬਸ ਠੀਕ ਹੈ, ਆਪਣਾ ਸੁਣਾਓ। ਬਿਲਕੁਲ, ਕੌਣ ਬੋਲ ਰਹੇ? ਮੈਂ ਸਤਨਾਮ ਬੋਲਦਾ। ਹਾਂਜੀ ਸਤਨਾਮ ਜੀ, ਕੀ ਕਹੋਗੇ? ਇਹੀ ਆ ਬਸ, ਆਪਣੇ ਲੁੱਟਣ ਤੇ ਲੱਗੇ ਹੋਆ ਲੋਕ ਸਾਰੇ, ਬਸ ਇਹੀ ਗੱਲ ਵਾ। ਪ੍ਰੋਗਰਾਮ ਤਾਂ ਤੁਹਾਡਾ ਬਹੁਤ ਅੱਛਾ ਆ ਭਾਈ ਸਾਹਿਬ ਜੀ, ਪਰ ਇਹੀ ਚੀਜ਼ ਸਾਰੇ ਲੁੱਟਣ ਤੇ ਲੱਗੇ ਹੋਆ ਕਿ ਇਹ ਖਾ ਲਈਏ ਉਹ ਖਾ ਲਈਏ, ਬਸ ਸਾਡੇ ਹੋਰ ਕੋਈ ਨਹੀਂ। ਸਾਰੇ ਪਾਰਟੀਆਂ ਵਾਲੇ ਦੇਖ ਲਓ, ਦੋਵੇਂ ਪਾਸੇ ਆਪਣੇ ਬੰਦਿਆਂ ਨੂੰ ਕੋਈ ਆਪਣੀ ਹੈਲਪ ਨਹੀਂ ਉੱਥੇ ਹੁੰਦੀ, ਬਸ ਸਾਰੇ ਇਹੀ। ਤੁਹਾਡਾ ਪ੍ਰੋਗਰਾਮ ਭਾਈ ਸਾਹਿਬ ਬਹੁਤ ਅੱਛਾ ਹੈ, ਲੱਖ ਲੱਖ ਵਧਾਈਆਂ ਬਾਈ ਤੁਹਾਨੂੰ। ਮਿਹਰਬਾਨੀ ਜੀ, ਮਿਹਰਬਾਨੀ ਤੁਹਾਡੇ ਤੁਹਾਡੇ ਵਿਚਾਰਾਂ ਵਾਸਤੇ ਬਹੁਤ ਬਹੁਤ ਸ਼ੁਕਰੀਆ। ਦੋਸਤੋ, ਜਿੰਨੇ ਇੱਕ ਵੀ ਸੱਜਣਾਂ ਦੇ ਵਿਚਾਰ ਆਏ ਨੇ, ਮੈਂ ਸਮਝਾਂਗਾ ਕਿ ਜਿਹੜਾ ਅਸੀਂ ਇੱਕ ਹਿਸਾਬ ਕਿਤਾਬ ਕੀਤਾ ਉਸ ਗੱਲ ਦੇ ਵਿੱਚ ਕੋਈ ਵੀ ਹਿਸਾਬ ਦੇਣ ਵਾਲਾ ਨਹੀਂ। ਕੋਈ ਅਸੀਂ ਜੇ ਕਿਸੇ ਨੂੰ ਕਹੀਏ ਵੀ ਕੋਈ ਪਾਰਟੀ ਕੋਈ ਲੀਡਰ ਜਿਹੜੇ ਨੇ ਉਹ ਕੋਈ ਹਿਸਾਬ ਕਿਤਾਬ ਦੇ ਦੇਣਗੇ, ਕਿਤੇ ਵੀ ਸਟੈਂਡ ਨਹੀਂ ਕਰਦੇ, ਕਿਤੇ ਵੀ ਸਟੈਂਡ ਨਹੀਂ ਕਰਦੇ। ਕੋਈ ਇਹ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ 40 ਸਾਲਾਂ ਦੇ ਵਿੱਚ ਕੌਮ ਨੇ ਕੀ ਖੱਟਿਆ, ਗਵਾਇਆ ਕੀ, ਉਸਦੇ ਟੋਕਰੇ ਨੇ ਪੰਡਾਂ ਨੇ ਗਵਾਏ ਦੀਆਂ। 1978 ਤੋਂ ਸ਼ੁਰੂ ਹੋਈ ਔਰ ਬਕਾਇਦਾ ਤੌਰ ਦੇ ਉੱਤੇ ਉਸ ਵੇਲੇ 1978 ਵਾਲਾ ਕੰਮ ਕਰਾਉਣ ਲਈ ਵੀ ਅਕਾਲੀ ਦਲ ਦੇ ਸਿਰਕੱਢ ਆਗੂ ਜੀਵਨ ਸਿੰਘ ਉਮਰਾ ਨੰਗਲ ਦਾ ਬਹੁਤ ਵੱਡਾ ਯੋਗਦਾਨ ਸੀ। ਔਰ ਜਿਹੜੇ ਜਿਹੜੇ ਬੰਦਿਆਂ ਨੇ ਇਹ ਕੁਛ ਕੀਤਾ ਉਹਨਾਂ ਦੇ ਪਰਿਵਾਰਵਾਦ ਦੇ ਵਿੱਚ ਸਾਰਾ ਕੁਛ ਮਿਲੀ ਜਾਂਦਾ, ਕੁਛ ਨਾ ਕੁਛ ਸਭ ਕੁਛ ਮਿਲੀ ਜਾਂਦਾ। ਔਰ ਮੈਂ ਸਮਝਾਂਗਾ ਕਿ ਉਸ ਤੋਂ ਬਾਅਦ ਜਿਹੜੀ ਲਹਿਰ ਚੱਲੀ ਹੈ 1978 ਤੋਂ ਬਾਅਦ, ਬਾਦਲ ਸਾਹਿਬ ਉਸ ਵੇਲੇ ਅੰਮ੍ਰਿਤਸਰ ਦੇ ਗੈਸਟ ਹਾਊਸ ਦੇ ਵਿੱਚ ਬੈਠੇ ਸਨ। ਪੱਤਰਕਾਰ ਦਲਵੀਰ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਇਨਕਸ਼ਾਫ ਕੀਤਾ, ਜਦੋਂ ਉਹਨਾਂ ਨੂੰ ਮਿਲਣ ਦੀ ਗੱਲ ਕੀਤੀ ਤਾਂ ਉਹ ਕਹਿੰਦੇ ਜੀ ਉਹ ਤਾਂ ਬਾਹਰ ਗਏ ਹੋਏ ਨੇ। ਜਦਕਿ ਬਕਾਇਦਾ ਤੌਰ ਦੇ ਉੱਤੇ ਉਸ ਨਰਕਧਾਰੀ ਨੂੰ ਆਪਣੀਆਂ ਗੱਡੀਆਂ ਦੇ ਵਿੱਚ ਇਹ ਪੋਲੀਟੀਕਲ ਲੋਕ ਜਿਹੜੇ ਅਕਾਲੀ ਦਲ ਦੇ ਸੀ ਆਪ ਸ਼ਰਨ ਦਿੱਤੀ, ਔਰ ਪੰਜਾਬ ਦੇ ਲੋਕਾਂ ਦੀ ਹਿੱਕ ਦੇ ਉੱਤੇ ਦੀਵਾ ਬਾਲ ਕੇ ਬਕਾਇਦਾ ਤੌਰ ਦੇ ਉੱਤੇ ਉਸ 'ਤੇ ਨਿਰੰਕਾਰੀ ਦੇ ਪ੍ਰੋਗਰਾਮ ਜਿਹੜੇ ਆ ਉਹਨਾਂ ਨੂੰ ਕਰਵਾਉਣ ਵਾਸਤੇ ਵੱਡੇ ਪੱਧਰ ਦੇ ਉੱਤੇ ਇਹ ਬਜਿਦ ਨਜ਼ਰ ਆਏ ਕਿ ਇਹ ਕਰਵਾਉਣਾ ਹੀ ਕਰਵਾਉਣਾ। ਉਸ ਤੋਂ ਬਾਅਦ ਜੋ ਕੁਝ ਵਾਪਰਿਆ, ਮੈਂ ਸਮਝਾਂਗਾ ਧਰਮ ਯੁੱਧ ਮੋਰਚਾ ਨਾ ਦਰਬਾਰ ਸਾਹਿਬ ਤੋਂ ਸ਼ੁਰੂ ਹੋਇਆ ਸੀ, ਧਰਮ ਯੁੱਧ ਮੋਰਚਾ ਤਾਂ ਉੱਥੇ ਸ਼ੁਰੂ ਨਹੀਂ ਹੋਇਆ, ਉੱਥੇ ਮੋਰਚਾ ਚੱਕ ਕੇ ਲੈ ਆਉਂਦਾ ਵੀ ਇਹ ਇਸ ਵੇਲੇ ਸਿੱਖਾਂ ਦੇ ਗਲ ਪਾ ਦਿਓ। ਅਕਾਲੀ ਦਲ ਦੀ ਨੀਤੀ ਰਹੀ ਹੈ, ਕਾਂਗਰਸ ਦੀ ਨੀਤੀ ਤਾਂ ਲੋਕਾਂ ਨੂੰ ਮਾਰਨ ਦੀ ਰਹੀ ਹੈ, ਅਕਾਲੀ ਦਲ ਦੀ ਇਹ ਨੀਤੀ ਰਹੀ ਹੈ ਬਕਾਇਦਾ ਤੌਰ ਦੇ ਉੱਤੇ ਕੋਈ ਨਾ ਕੋਈ ਜਿੱਥੇ ਇਸ਼ੂ ਕੋਈ ਨਹੀਂ ਬਣਦਾ ਉੱਥੇ ਲੋਕਾਂ ਦੇ ਗਲ ਪਾ ਕੇ ਪੰਥ ਦਾ ਵਾਸਤਾ ਦੇ ਕੇ ਪੱਗ ਪੁੱਗ ਜਿਹੀ ਢਿੱਲੀ ਕਰਕੇ ਨਾਲਾ ਨੂਲਾ ਜਿਹਾ ਲਮਕਾ ਕੇ ਲੋਕਾਂ 'ਚ ਭੋਲੇ ਭਾਲੇ ਜਿਹੇ ਬਣ ਕੇ ਲੋਕਾਂ ਨੂੰ ਮੂਰਖ ਬਣਾ ਦਿਓ ਕਿਸੇ ਨਾ ਕਿਸੇ ਤਰ੍ਹਾਂ। ਪਰ ਮੈਂ ਸਮਝਾਂਗਾ ਕਿ ਉਸ ਨੁਕਸਾਨ ਦਾ, ਪੰਜਾਬ ਦੇ ਨੁਕਸਾਨ ਦਾ ਹਿਸਾਬ ਕਿਤਾਬ ਜਿਹੜਾ ਸੀ ਉਹ ਬਾਦਲ ਸਾਹਿਬ ਨੇ ਵੀ ਨਹੀਂ ਦਿੱਤਾ। ਸੱਚ ਲੋਕਾਂ ਨੂੰ ਲੱਗਿਆ ਸੀ ਮਹਾਰਾਜਾ ਰਣਜੀਤ ਸਿੰਘ ਵਾਲਾ ਬੇਅੰਤ ਸਿੰਘ ਤੋਂ ਰਾਜ ਆਇਆ, ਪਰ ਜਿਸ ਢੰਗ ਦੇ ਨਾਲ ਲੋਕਾਂ ਦੇ ਕਾਤਲ ਸੁਮੇਧ ਸੈਣੀ ਨੂੰ DGP ਲਾ ਕੇ ਨਵਾਜਿਆ ਗਿਆ ਬਕਾਇਦਾ ਤੌਰ ਦੇ ਉੱਤੇ, ਕਿਉਂਕਿ ਮਸਲਾ ਇਸ ਗੱਲ ਦਾ ਨਾ ਕਿ ਚਾਹੇ ਉਹ ਸੀ ਅਤੇ ਚਾਹੇ ਹੁਣ ਵਾਲੇ ਨੇ, ਇਹ ਚਿਹਰੇ ਪਹਿਚਾਣੇ ਲੱਗਦੇ ਨੇ, ਕੁਝ ਕਾਣੇ ਕਾਣੇ ਲੱਗਦੇ ਨੇ, ਜਿਹੜੇ ਇਹ ਸਿਰ ਤਾਂ ਨਹੀਂ ਚੱਕਦੇ ਇਹ ਕੁਝ ਅੰਦਰੋਂ ਕਾਣੇ ਲੱਗਦੇ ਨੇ। ਇਹ ਸਾਰਿਆਂ ਨੇ ਸਿਰ ਜਿਹੜੇ ਨੇ ਉਹ ਸਿੱਟੇ ਹੋਏ ਨੇ, ਰਾਜਨੀਤਿਕ ਸਟੇਟਮੈਂਟਾਂ ਨੇ। ਔਰ ਅੱਜ ਕਿਸੇ ਦੀ ਵੀ ਸਟੇਟਮੈਂਟ ਨਹੀਂ ਆ ਰਹੀ ਕਿ ਸਰਕਾਰ ਦੀ ਸੂਚੀ ਜਿਹੜੀ ਹੈ ਉਹ ਭੇਜੀ ਗਈ, ਬਾਕੀ ਸਿੰਘਾਂ ਦੀ ਕਿਉਂ ਨਹੀਂ ਭੇਜੀ ਗਈ, ਅੱਠਾਂ ਦੀ ਕਿਉਂ ਭੇਜੀ ਗਈ। ਔਰ ਇਸ ਦੇ ਉੱਤੇ ਅੱਜ ਵੱਖਰੇ ਵੱਖਰੇ ਵਿਚਾਰ ਕਿਉਂ ਨੇ ਕਿ ਰਾਜੋਵਾਲਾ ਦੀ ਫਾਂਸੀ ਤਾਂ ਮਾਫ਼ ਕੀਤੀ ਜਾਵੇ ਪਰ ਹਵਾਰੇ ਦੀ ਫਾਂਸੀ ਨਾ ਮਾਫ਼ ਕੀਤੀ ਜਾਵੇ, ਜਦਕਿ ਰਾਜੋਵਾਲਾ ਇਹ ਗੱਲ ਕਹਿੰਦਾ ਕਿ ਮੈਂ ਤਾਂ ਆਪਣੀ ਫਾਂਸੀ ਮਾਫ਼ ਕਰਾਉਣ ਲਈ ਕਿਸੇ ਨੂੰ ਕਿਹਾ ਹੀ ਨਹੀਂ, ਮੈਂ ਤਾਂ ਕਹਿੰਦਾ ਅੱਗੇ ਉਹ ਮੁੱਕਰਦਾ ਰਿਹਾ। ਜਿੰਨੀਆਂ ਕੋਈ ਜੇਲ੍ਹ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਚਿੱਠੀ ਆ ਗਈ, ਕੋਈ ਕਿਸੇ ਤਰ੍ਹਾਂ ਦੀ ਚਿੱਠੀ ਕੱਢ ਦਿੱਤੀ, ਕੋਈ ਕਿਸੇ ਤਰ੍ਹਾਂ ਦੀ ਚਿੱਠੀ ਕੱਢ ਦਿੱਤੀ, ਔਰ ਮੈਂ ਸਮਝਾਂਗਾ ਕਿ ਕੱਲ੍ਹ ਨੂੰ ਇਹੀ ਚਿੱਠੀਆਂ ਦੀ ਕਿਤਾਬ ਛਪਵਾ ਕੇ ਕਹਿਣਾ ਜੀ ਇਹ ਮਹਿੰਗੇ ਭਾਅ ਦੀ ਵੇਚ ਦਿਓ ਕਿਸੇ ਪਬਲਿਸ਼ਰ ਨੂੰ। ਸੋ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ, ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ, ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ, ਕਰੀਏ ਤੁਹਾਡੇ ਨਾਲ ਵਿਚਾਰਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ? ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਕੀ ਕਹੋਗੇ ਜੀ?
ਹਾਂਜੀ ਵੀਰ ਜੀ ਜੀ ਅਤਿਆਰ ਸਾਹਿਬ ਨਾਲ ਗੱਲ ਕਰ ਮੇਰੇ ਨਾਲ ਹੀ ਤੁਸੀਂ ਗੱਲ ਕਰ ਰਹੇ ਹੋ ਜੀ ਮੇਰੇ ਨਾਲ ਹੀ ਗੱਲ ਕਰ ਰਹੇ ਹੋ ਮੈਂ ਹੀ ਬੋਲ ਰਿਹਾ ਹਾਂਜੀ ਜੀ ਗੱਲ ਕਰੋ ਤੁਸੀਂ ਆਪਣੀ ਕੀ ਕਹੋਗੇ ਵੀਰ ਜੀ ਇਹ ਜਿਹੜੇ ਅਕਾਲੀ ਦਲ ਦੇ ਲੀਡਰ ਸੀ ਨਾ ਇਹਨਾਂ ਨੇ ਆਪਦੇ ਜਿਹੜੇ ਧੀ ਪੁੱਤ ਸੀ ਬਾਹਰਲੇ ਦੇਸ਼ਾਂ ਵਿੱਚ ਭੇਜਦੇ ਸੀ ਉਸ ਟਾਈਮ ਤੇ ਤੇ ਉਸ ਟਾਈਮ ਤੇ ਇਹਨਾਂ ਨੇ ਦੌਲਾ ਸਾਹਿਬ ਨੇ ਤੇ ਬਾਦਲ ਸਾਹਿਬ ਨੇ ਉੱਥੇ ਅਕਾਲ ਦਲ ਤੇ ਸੋਹਾਂ ਚੁਕਾਉਣ ਦਾ ਸਿਸਟਮ ਚਾਲੂ ਕੀਤਾ ਹੈਗਾ ਧਰਮ ਯੁੱਧ ਮੋਰ ਤੇ ਜੀ ਪਰ ਆਪਦੇ ਧੀ ਪੁੱਤ ਤੇ ਨਾ ਬਾਹਰ ਕੱਢ ਕੇ ਘਰ ਬਾਹਰ ਉੱਜੜ ਗਿਆ ਉਹ ਆਪ ਮਾਰੀ ਗਿਆ ਰਹਿੰਦੇ ਖੁੰਦੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਆ ਬਿਲਕੁਲ ਤੁਹਾਡੀ ਗੱਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਲਾਪਾ ਕੀ ਗੱਲ ਹੈ ਕਿ 40 ਵਰ੍ਹਿਆਂ ਦੇ ਵਿੱਚ ਇਸ ਕੌਮ ਨੇ ਕੁਝ ਵੀ ਨਹੀਂ ਖੱਟਿਆ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਵਕਤ ਇਜਾਜ਼ਤ ਨਹੀਂ ਦਿੰਦਾ ਕਿ ਪ੍ਰੋਗਰਾਮ ਨੂੰ ਹੋਰ ਅੱਗੇ ਲੈ ਕੇ ਜਾਵਾਂ ਅਗਲਾ ਪ੍ਰੋਗਰਾਮ ਵੀ ਚੱਲਣਾ ਹੁੰਦਾ ਰੋਜ਼ ਤੁਹਾਡੇ ਨਾਲ ਵਿਚਾਰਾਂ ਹੁੰਦੀਆਂ ਔਰ ਹਰ ਰੋਜ਼ ਨਵੇਂ ਵਿਸ਼ਿਆਂ ਦੇ ਉੱਤੇ ਇਸ ਮੰਚ ਤੋਂ ਚਰਚਾ ਹੁੰਦੀ ਹੈ ਫਿਰ ਬੁੱਧਵਾਰ ਨੂੰ ਮਿਲਾਂਗੇ ਤੁਹਾਨੂੰ ਬਕਾਇਦਾ ਤੌਰ ਦੇ ਉੱਤੇ ਨਵੇਂ ਵਿਸ਼ੇ ਦੇ ਉੱਤੇ ਨਵੀਂ ਚਰਚਾ ਲੈ ਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਦਿਓ ਈਮੇਲ ਮੀ ਰਿਆੜ ਐਟ ਜਸ ਬ੍ਰੌਡਕਾਸਟਿੰਗ ਡਾਟ ਕਾਮ ਔਰ ਇਨਫੋ ਐਟ ਜਸ ਬ੍ਰੌਡਕਾਸਟਿੰਗ ਡਾਟ ਕਾਮ ਸਾਨੂੰ ਟਵਿੱਟਰ ਔਰ ਫੇਸਬੁੱਕ ਦੇ ਉੱਤੇ ਵੀ ਫੋਲੋ ਕਰ ਸਕਦੇ ਹੋ ਸੋ ਰੱਬ ਰੱਖਾ ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ